1985 ਮਾਡਲ ਸਭ ਮੇਡ ਇਨ ਜਾਪਾਨ ਮਤਲਬ ਉਧਰੋਂ ਇੰਪੋਰਟ ਹੋਈ ਸੀ ਇੱਧਰ ਜਿਵੇਂ ਆਪਣੇ ਆਮ ਗੱਡੀ ਡਿੱਗੀ ਖੁੱਲਦੀ ਹੈ ਜਾਂ ਪੈਟਰੋਲ ਵਾਲਾ ਟੈਂਕ ਹੁੰਦਾ ਅੱਛਾ ਆ ਇੱਥੇ ਲੱਗੀ ਹੋਈ ਹੈ ਜੀ ਸੁੱਚਾ ਹਾ ਅੱਛਾ ਸ਼ੀਸ਼ਾ ਖੁੱਲ ਗਿਆ ਹਾਂਜੀ ਚੱਕ ਲਾਂ ਇਹਦੇ ਬਸ ਸ਼ੀਸ਼ਾ ਖੁੱਲ ਗਿਆ ਜੇ ਬਾਈ ਇਹ ਲਈ ਕਿੰਨੇ ਚ ਸੀਗੀ ਇਹ ਵੀਰੇ ਆਪਾਂ 90,000 ਦੀ ਲਿੱਤੀ ਸੀਗੀ ਉੱਤੇ ਕਿੰਨੇ ਲੱਗ ਗਏ ਉੱਤੇ ਦਾ ਬਸ ਪੁੱਛੋ ਹੀ ਨਾ 3 ਲੱਖ 'ਚ ਪੈ ਗਈ ਇਹ ਜਿਵੇਂ ਆਹ ਗੱਡੀ ਪੇਂਟ ਦੀ ਟੋਟਲੀ ਓਰੀਜਨਲ ਆ ਇਹ ਸਾਰੀ ਓਰੀਜਨਲ ਓਰੀਜਨਲ ਗੱਡੀ ਆ ਸਿਰਫ ਇਹ 'ਚ ਆਪਾਂ ਲਾਈਟ ਟਾਇਰ ਪਾਏ ਹੋਏ ਆ ਇਹ ਹੈ ਕਿਹੜਾ ਮਾਡਲ ਆ ਇਹ ਵੀਰੇ 10 ਮਾਡਲ ਆ ਮੈਂ ਗੱਡੀ ਦਾ ਮੁੱਲ ਕਿੰਨਾ ਕੁ ਲੱਗਾ ਹੁਣ ਤਾਂ ਬਈ ਸੱਚੀ ਦੱਸ ਹੁਣ ਤੱਕ 2 ਲੱਖ ਤੱਕ ਲੱਗ ਗਿਆ ਹਾਂਜੀ 2 ਲੱਖ ਦੇਣ ਨੂੰ ਤਿਆਰ ਨੇ ਹਾਂਜੀ ਗੱਡੀ ਦੇ ਉੱਪਰ ਕਿੰਨੇ ਲੱਗੇ ਟੋਟਲ ਆਪਣਾ 220 ਲੱਗ ਗਿਆ 220 ਪਲੱਸ ਲੱਗ ਗਿਆ ਹਾਂਜੀ ਜਿਵੇਂ ਆਪਾਂ ਇੰਜਣ ਦੇ ਪੈਰ ਕਹਿੰਦੇ ਸੀ ਬਈ ਤੁਸੀਂ ਆਹ ਪੈਰ ਨੇ ਇੰਜਣ ਦੇ ਹਾਂਜੀ ਹਾਂਜੀ ਵੀਰੇ ਇਹਨੂੰ ਉੱਪਰ ਲੱਗੇ ਹੁੰਦੇ ਆ ਪੈਰ ਮਤਲਬ ਅੱਛਾ ਇੰਜਣ ਦੀ ਵਾਈਬ੍ਰੇਸ਼ਨ ਲਾ ਲਓ ਜਮਾਂ ਹੀ ਖਤਮ ਹੋ ਜਾਂਦੀ ਆ ਨੰਬਰ ਆ ਇਹ ਅੱਛਾ ਜੀ ਆਹੋ ਓਵੇਂ ਵੀ ਆ ਠੀਕ 1 ਲੱਖ 40,000 ਚੱਲੀ ਹੋਈ ਆ ਤੇ ਜਿਵੇਂ ਹੁਣ ਇੰਜਣ ਵੀ ਇਹਦਾ ਓਵਰਆਲ ਹਲੇ ਤੱਕ ਹੋਇਆ ਨਹੀਂ ਸਿਰਫ ਜਿਵੇਂ ਮੈਂ ਤੁਹਾਨੂੰ ਦੱਸਿਆ ਦੇਹਰਾਦੂਨ ਤੋਂ ਲਿੱਤੀ ਸੀਗੀ ਪਹਾੜਾਂ 'ਚ ਚੱਲੀ ਹੋਈ ਸੀਗੀ ਆਪਾਂ ਸਿਰਫ ਕਲੱਚ ਪਲੇਟਾਂ ਬਦਲੀਆਂ ਨੇ ਬਾਕੀ ਸਰਵਿਸਿੰਗ ਟਾਈਮ ਟੂ ਟਾਈਮ ਕਰਾਈ ਹੋਈ ਆ ਉਹਨਾਂ ਨੇ ਇਹਦੀ ਸਕਦੇ ਵਿੱਚ ਕੰਪਨੀ ਵੱਲੋਂ ਸੈਂਟਰ ਲੌਕ ਫਿਟਿੰਗ ਪਹਿਲਾਂ ਤੋਂ ਹੀ ਪਹਿਲਾਂ ਤੋਂ ਹੀ ਹਾਂਜੀ ਜਿਵੇਂ ਯਾਰ ਇੱਥੇ ਤਾਂ ਕਿਤੇ ਬਟਨ ਹੀ ਹੈ ਨਹੀਂ ਉਹ ਸੈਂਟਰ ਲੌਕ ਵਾਲਾ ਇਹਦਾ ਇੱਧਰ ਲੱਗਿਆ ਜੀ ਏਸੀ ਹੈਗਾ ਇੱਥੇ ਏਸੀ ਹੈ ਚਾਹੀਦਾ ਇੱਥੇ ਵੀ ਏਸੀ ਹੈਗਾ ਹਾਂਜੀ ਹਾਂਜੀ ਅੱਛਾ ਪੂਰੇ ਵਰਕਿੰਗ ਕੰਡੀਸ਼ਨ ਜਾਂ ਕੱਲਾ ਕੱਲਾ ਪਾਰਟ ਕੱਲੀ ਕੱਲੀ ਸਵਿੱਚ ਹਾਂਜੀ ਐਵਰੇਜ ਕਿੰਨੀ ਆ ਐਵਰੇਜ ਜੇ ਆਪਾਂ ਏਸੀ ਲਾਈਏ ਫਿਰ ਤਾਂ ਹੈਗੀ ਆ 15 ਦੀ ਤੇ ਜਿਵੇਂ ਆਪਾਂ ਹਾਈਵੇ ਤੇ ਜਾਈਏ ਫਿਰ 22 ਦੀ ਵੀ ਦੇ ਦਿੰਦੀ ਆ ਐਵਰੇਜ ਬਹੁਤ ਹੈ ਇਹਦੀ ਕਿਉਂਕਿ ਜਾਪਾਨੀ ਇੰਜਣ ਆ ਬਈ ਟੈਂਕੀ ਫੁੱਲ ਕਰਨੇ 'ਚ ਹੁੰਦੀ ਇਹ ਵੀ ਉਦੋਂ ਇਹ ਵੀਰੇ 27-28 ਲੀਟਰ ਦੀ ਟੈਂਕੀ ਹੁੰਦੀ ਆ ਜੀ 2700 'ਚ ਫੁੱਲ ਹੋ ਜਾਂਦੀ ਫੁੱਲ ਹੋ ਜਾਂਦੀ ਹੈ ਬਈ ਦੂਰ ਦੂਰ ਕਿੱਥੇ ਤਾਂ ਲੈ ਕੇ ਗਏ ਉਹਨੂੰ ਦੂਰ ਇਹਨੂੰ ਤੁਸੀਂ ਲਾ ਲਓ ਅਸੀਂ ਲੇਹ ਤੱਕ ਜਾਏ ਇਹਦੇ 'ਚ ਹੁਣੀ ਜਾ ਕੇ ਆਇਆ ਰੀਸੈਂਟ ਜਾਂਦੀਆਂ ਨੇ ਉੱਥੇ ਬਸ ਦੇਖ ਲਓ ਹੁਣੇ ਅਕਤੂਬਰ 'ਚ ਜਾ ਕੇ ਆਇਆ ਹੁਣ ਤੁਸੀਂ ਸਟਾਰਟ ਕੀਤੀ ਸੀਗੀ ਦੇਖ ਲਓ ਕਿੰਨੀ ਕੁ ਸੈਲਫ ਲਿੱਤੀ ਹੈ ਗੱਡੀ ਨੇ ਮੈਨੂੰ ਪਤਾ ਨਹੀਂ ਲੱਗਿਆ ਕਦੋਂ ਸਟਾਰਟ ਹੋ ਗਈ ਬਾ ਇਹੀ ਖਾਸੀਅਤ ਹੈ ਜੀ ਪਤਾ ਨਹੀਂ ਲੱਗਾ ਕਦੋਂ ਸਟਾਰਟ ਹੋ ਗਈ ਮਤਲਬ ਗੱਡੀ ਨੇ ਦੱਸਿਆ ਨਹੀਂ ਕਿ ਮੈਂ ਸਟਾਰਟ ਹੋਈ ਆ ਬਈ ਛੱਤ ਤਾਂ ਮੈਂ ਇਹਦੀ ਹੁਣ ਦੇਖੀ ਆ ਛੱਤ ਵੀਰੇ ਇਹ ਵੀ ਓਰੀਜਨਲ ਆ ਇਹ ਐਂ ਆਉਂਦੀ ਹੁੰਦੀ ਸੀ ਇਹ ਐਂ ਆਉਂਦੀ ਸੀ ਹਾਂਜੀ ਅੱਛਾ ਹੋਰ ਖਾਸੀਅਤ ਕੀਤੀ ਹੈ ਵੀਰੇ ਪੰਖਾ ਹਾਂਜੀ ਇਹਦੇ ਵਿੱਚ ਨੀਓਨ ਲਾਈਟ ਲਾਈ ਆ ਰਾਤ ਨੂੰ ਬਹੁਤ ਵਧੀਆ ਫੀਲਿੰਗ ਆਉਂਦੀ ਹੈ ਇਹ ਤਾਂ ਬਾਲੀ ਸਿਰਾ ਚੀਜ਼ ਆ ਨਾ ਇਹਦੀ ਜਿਹੜਾ ਇੰਜਣ ਦੀ ਸਰਵਿਸ ਕਾਸਟ ਐ ਐਸਐਮ ਕਿੰਨੀ ਆਉਂਦੀ ਜੇ ਆਪਾਂ ਕਰਾਉਨੇ ਨਾਰਮਲ ਸਰਵਿਸ ਕਾਸਟ ਐ ਇਹਦੀ ਮਤਲਬ ਲਾ ਲਓ ਤੁਸੀਂ 3000 ਆ ਜਾਂਦੀ 3-4000 ਬਸ ਤੇ ਅਡਲ ਟਨਲ ਤੇ ਚੈਕਿੰਗ ਨਹੀਂ ਹੁੰਦੀ ਉੱਥੇ ਇਹਦੀ ਚੈਕਿੰਗ ਤਾਂ ਕੀਤੀ ਨਹੀਂ ਅਗਲੇ ਨੇ ਪਹਿਲਾਂ ਆਹੀ ਦੇਖਦੇ ਰਹੇ ਵੀ ਕਿਹੜੀ ਸ਼ਹਿ ਆਂਦੀ ਐ ਇਹ ਤੇ ਬਾਅਦ ਚ ਬੰਦੇ ਨੇ ਆਪਾਂ ਨੂੰ ਪੁਲਿਸ ਆਫੀਸਰ ਨੇ ਇਹੀ ਪੁੱਛਿਆ ਵੀ ਗੱਡੀ ਗਰਮ ਨਹੀਂ ਹੋਈ ਤੁਹਾਡੀ ਉਰੇ ਤੱਕ ਆ ਗਏ ਆਪਾਂ ਗਏ ਆ ਰਸਤੇ 'ਚ ਬੋਲਣ ਨਹੀਂ ਸਤਿ ਸ੍ਰੀ ਅਕਾਲ ਜੀ ਹੈ ਲਓ ਜੀ ਗੱਲਬਾਤ ਦੇਖੋ ਆਏ ਆ ਗੱਲਬਾਤ ਇੱਦਾਂ ਬਾਹਲੀ ਸਿਰ ਆਇਆ ਅਤੇ ਬਾਈ ਅੱਜ ਆਪਾਂ ਆਏ ਹੋਏ ਹਾਂ ਸ਼ਹਿਰ ਖੰਨੇ ਸ਼ਹਿਰ ਖੰਨੇ 'ਚ ਆ ਕੇ ਭਾਈ ਜੇ ਤਾਂ ਸ਼ਹਿਰ ਸ਼ਹਿਰ 'ਚ ਰਹਿੰਦੇ ਹੋ ਵੀ ਕਿਸੇ ਉੱਥੇ ਕਿ ਮਾੜਾ ਜਿਹਾ ਹੋਈ ਹੈ ਕਿਸੇ ਨੂੰ ਉਰੇ ਆ ਕੇ ਪੁੱਛ ਲਓ ਕਿ ਲਾਲ ਮਰੂਤੀ ਵਾਲਾਂ 'ਤੇ ਜਾਣਾ ਆ ਤਾਂ ਫਿਰ ਤੁਹਾਨੂੰ ਦੱਸ ਦੇਣਗੇ ਭਾਈ ਇਹ ਕਿਹਨਾਂ ਦੀ ਆ ਅਤੇ ਭਾਈ ਇਹ ਬੰਦੇ ਕੌਣ ਨੇ ਮੇਰੇ ਨਾਲ ਬਾਈ ਲਵ ਅਤੇ ਬਾਈ ਬਰਜੇਸ਼ ਉਮਰ ਤਾਂ ਬਹੁਤੀ ਲੱਗਦੀ ਨਹੀਂ ਬਾਈ ਉਹ ਦੱਸਿਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਕਿਹਾ ਉਮਰ ਤਾਂ ਬਹੁਤੀ ਲੱਗਦੀ ਨਹੀਂ ਉਹ ਹਾਂਜੀ ਵੀਰੇ ਹੈ ਪਰ ਗੱਟ ਖਾਨਾ ਤੁਹਾਡੇ ਕੋਲੇ ਉਹ ਆ ਜਿਵੇਂ ਕਿਸੇ ਪੁਰਾਣੇ ਕਲੈਕਟਰ ਨੇ ਆ ਸਾਂਭ ਕੇ ਰੱਖਿਆ ਹੁੰਦਾ ਹੈ ਬੜੀ ਰੀਝ ਨਾਲ ਹੈ ਬਸ ਵੀਰੇ ਸ਼ੌਂਕ ਆ ਸ਼ੁਰੂ ਜੀ ਆਪਾਂ ਨੂੰ ਹੈ ਜਿਵੇਂ ਮੇਰੇ ਦਾਦਾ ਜੀ ਨੂੰ ਸ਼ੌਂਕ ਆ ਮੇਰੇ ਪਾਪਾ ਨੂੰ ਵੀ ਸ਼ੌਂਕ ਆ ਦਾਦਿਆਂ ਕੋਲੇ ਕਿਹੜੀਆਂ ਗੱਡੀਆਂ ਸੀ ਦਾਦਾ ਜੀ ਕੋਲ ਜਿਹੜੀ ਮੈਂ ਤੁਹਾਨੂੰ ਦੱਸਿਆ ਮਰੂਤੀ ਆਪਣੇ ਕੋਲ ਇੱਕ ਹੋਰ ਆ ਉਹ ਸ਼ੁਰੂ 'ਚ ਹੀ ਦਾਦਾ ਜੀ ਉਹਨਾਂ ਨੇ ਤਿਆਰ ਕੀਤੀ ਹੋਈ ਆ ਮਤਲਬ ਅੱਛਾ ਹਾਂਜੀ ਮੈਂ ਗੱਡੀਆਂ ਹੋਰ ਕਿਹੜੀਆਂ ਕਿਹੜੀਆਂ ਨੇ ਘਰੇ ਇਸ ਟਾਈਮ ਆਪਣੇ ਕੋਲ ਵੀਰੇ ਸਕੋਰਪੀਓ ਵੀ ਆ 11 ਹਾਂਜੀ S11 ਤੇ ਹੋਰ ਕਿਹੜੀ ਤੇ ਮਰਸਡੀਜ਼ ਵੀ ਆ ਅੱਛਾ ਤੇ ਮਰੂਤੀਆਂ ਆਪਣੇ ਕੋਲ ਤਿੰਨੋਂ ਜਨਰੇਸ਼ਨਾਂ ਦੀਆਂ ਨੇ ਮਰੂਤੀਆਂ ਤਿੰਨ ਜਨਰੇਸ਼ਨ ਇੱਕ ਆਪਣੀ ਅੱਜ ਮਿਸਿੰਗ ਆ ਚਲੋ ਅੱਛਾ ਉਹ ਤਿਆਰ ਹਾਂਜੀ ਉਹ ਤਿਆਰ ਹੋਣੀ ਹੈ ਨਹੀਂ ਤਿਆਰ ਤਾਂ ਹੋਈ ਆਲਮੋਸਟ ਹੈਗੀ ਆ ਤਿਆਰ ਮਤਲਬ ਗਈ ਹੋਈ ਆ ਅੱਜ ਇਹ ਵੀ ਤਿਆਰ ਕਰਾਈਆਂ ਹੋਈਆਂ ਨੇ ਕਿ ਓਰੀਜਨਲ ਆ ਨਹੀਂ ਵੀਰੇ ਜਿਵੇਂ ਆਹ ਗੱਡੀ ਪੇਂਟ ਦੀ ਟੋਟਲੀ ਓਰੀਜਨਲ ਆ ਇਹ ਸਾਰੀ ਓਰੀਜਨਲ ਓਰੀਜਨਲ ਗੱਡੀ ਆ ਸਿਰਫ ਇਹ ਚ ਆਪਾਂ ਲਾਈਟ ਟਾਇਰ ਪਾਏ ਹੋਏ ਆ ਇਹ ਹੈ ਕਿਹੜਾ ਮਾਡਲ ਆ ਇਹ ਵੀਰੇ 10 ਮਾਡਲ ਆ
ਇਹ ਹੈਗੀ ਆ 10 ਮਾਡਲ ਆ। ਹਾਂਜੀ ਹੈ ਯਾਰ ਸੁੱਖ ਨਾਲ ਲਾਈ ਵੀਲ ਤੁਸੀਂ ਬਾਹਲ ਇਹਨੇ ਦੀ ਤਾਂ ਗੱਡੀ ਨਹੀਂ ਹੁੰਦੀ ਸਰ ਜਿਸ ਜਿੰਨੇ ਦੇ ਲਾਈ ਵੀਲ ਪਾਏ ਹੋਏ ਨੇ ਇਹ ਲਈ ਕਿੰਨੇ ਦੀ ਸੀ ਉਦਾਂ? ਇਹ ਵੀਰੇ ਆਪਾਂ 130 ਦੀ ਲਿੱਤੀ ਸੀਗੀ ਬਿਨਾਂ ਲਾਈਟ ਹੈ, 1,00,000 ਸਿੰਪਲ ਗੱਡੀ ਜਿਵੇਂ ਹੁੰਦੀ ਹੈ। ਹਾਂ ਵੈਸੇ ਬਈ ਇਹਦੇ ਚ ਇਹੋ ਜਿਹੀ ਖਾਸੀਅਤ ਕੀ ਹੈਗੀ ਯਾਰ, ਇਹਦੇ ਤੇ ਪੈਸੇ ਅੰਨੇ ਲਾਤੇ ਉੱਪਰੋਂ ਹੈ? ਬਸ ਵੀਰੇ ਮਰੂਤੀ ਸ਼ੁਰੂ ਜੀ ਇਹ ਇੰਨਾ ਕੁ ਪਿਆਰ ਹੈ ਮਰੂਤੀ ਨਾਲ ਵੀ ਮਰੂਤੀ ਲੈਣ ਨੂੰ ਆਪਣਾ ਮਨ ਕੀਤਾ, ਗੱਡੀਆਂ ਹੋਰ ਵੀ ਨੇ ਪਰ ਇਹ ਆਪਾਂ ਲਿੱਤੀਆਂ ਨੇ। ਇਹਦੇ ਨਾਲ ਦੀ ਪਹਿਲਾਂ ਵੀ ਸੀਗੀ ਆਪਣੇ ਕੋਲ ਇੱਕ, ਉਹ ਗੱਡੀ ਥੋੜੀ ਤਿਆਰ ਹੋਈ ਹੋਈ ਸੀਗੀ, ਉਹ ਆਪਾਂ ਸੇਲ ਕਰਕੇ ਮਤਲਬ ਓਰੀਜਨਲ ਗੱਡੀ ਲੱਭੀ ਆ ਵੀ ਪੇਂਟ ਓਰੀਜਨਲ ਚਾਹੀਦਾ। ਇੱਕ ਤਾਂ ਸਾਰੀ ਸਾਰੀ ਓਰੀਜਨਲ ਆ। ਹਾਂਜੀ ਜਿਵੇਂ ਅੰਦਰੋਂ ਦੱਸਦਾ ਸੀ ਕਿ ਯਾਰ ਬਾਈ ਇਹਦੇ ਅੰਦਰ ਫੀਚਰ ਵਾਵਾ ਨੇ। ਹਾਂਜੀ ਵੀਰੇ ਫੀਚਰ, ਕਿਉਂਕਿ ਇਹ ਟੌਪ ਮਾਡਲ ਆ ਇੱਕ ਤਰ੍ਹਾਂ ਦਾ ਉਸ ਟਾਈਮ ਦਾ, ਜਿਵੇਂ ਟਿੰਟਡ ਸ਼ੀਸ਼ੇ ਨੇ ਇਹਦੇ, ਜਿਵੇਂ ਵੀ ਕੀ ਅੱਜ ਕੱਲ ਬਲੀਨੋ ਦੇ ਸ਼ੀਸ਼ੇ ਆਉਂਦੇ ਨੇ ਟਿੰਟ ਵਾਲੇ। ਹਾਂ ਉਹ ਹਰੇ ਹਰੇ ਕਿ ਕਿਹੜਾ ਰੰਗ ਹੈ ਇਹ? ਹਰੇ ਨੇ ਥੋੜੇ ਲਾਈਟ। ਹਾਂਜੀ ਟਿੰਟਡ ਕਹਿ ਦਿੰਦੇ ਆ, ਜਿਵੇਂ ਟਿੰਟਡ ਸ਼ੀਸ਼ੇ ਆ। ਹਾਂਜੀ ਹਾਂਜੀ ਤੇ ਸੀਟਾਂ ਹੈਗੀਆਂ ਨੇ ਲੈਦਰ ਵਾਲੀਆਂ, ਇਹ ਕੰਪਨੀ ਤੋਂ ਆਉਂਦੀਆਂ ਨੇ ਬਈ? ਨਹੀਂ ਸੀਟ ਕਵਰ ਆਪਾਂ ਪੁਆਇਆ ਬਾਅਦ, ਪਹਿਲਾਂ ਕੰਪਨੀ ਤੋਂ ਕੀ ਆਇਆ ਸੀ ਫਿਰ ਇਹਨੂੰ ਲੈਦਰ ਸੀਟ ਕਵਰ ਹੈ ਸੀਗਾ ਸਾਈਡਾਂ ਤੇ ਨਾ ਵੀਰੇ ਇਹਦੇ, ਆ ਸੇਮ ਆਹੀ ਡਿਜ਼ਾਈਨ ਸੀਗਾ ਜਿਵੇਂ ਆਹੀ ਗ੍ਰੇ ਤੇ ਆ ਬਲੂ ਦੀ ਟੋਨ ਸੀਗੀ, ਉਹ ਸਿੰਪਲ ਫੱਟਾ ਜਿਹਾ ਨਹੀਂ ਹੈਗਾ ਜਿਵੇਂ ਉਹ ਪਹਿਲਾਂ ਆਉਂਦਾ ਹੁੰਦਾ ਨਾ ਉਹਨਾਂ ਦੇ। ਹਾਂ ਇੱਕ ਬਈ ਇਹ ਚ ਬਟਨ ਬੁਟਨ ਜੇ ਵੀ ਤੁਸੀਂ ਕਹਿੰਦੇ ਸੀ ਯਾਰ, ਇਹ ਚ ਬਾਕੀਆਂ ਤੋਂ ਲੈਦਰ ਲੱਗੇ ਹੋਏ ਨੇ ਜਿਹੜੇ ਨਾਰਮਲ ਮੂਰਤੀਆਂ ਪਹਿਲਾਂ ਸੀਗੀਆਂ, ਸਾਈਡ ਤੇ ਨਾਰਮਲ ਗੱਡੀਆਂ ਚ ਇਹ ਨਹੀਂ ਚੀਜ਼ ਆਉਂਦੀ ਹੈ। ਹਾਂ ਇਹ ਜਿਹੜੀ ਇਹਦੇ ਨਾਲ ਦੀਆਂ ਸੀ ਜਿਹੜੀ ਲਾਈਟ ਅਪ ਡਾਊਨ ਕਰਨ ਵਾਲਾ, ਜਿਹੜਾ ਜਿਹਦੇ ਵਿੱਚ ਹੁੰਦਾ ਸੀ ਵੀ ਜਿਵੇਂ ਆਪਾਂ ਲਾਈਟ ਅਪ ਡਾਊਨ ਵੀ ਕਰ ਸਕਦੇ, ਜਿਹੜਾ ਆਪਣੇ ਅੱਜ ਕੱਲ ਗੱਡੀਆਂ ਦੇ ਉੱਪਰ ਫੀਚਰ ਆਉਂਦਾ ਬਟਨ ਤਾਂ ਹੈ ਕਿ ਲਾਈਟ ਅਪ ਵੱਲ ਉੱਤੇ ਥੱਲੇ ਕਰ ਸਕਦੇ ਇਹਦੇ ਵਿੱਚ ਕੰਪਨੀ ਵੱਲੋਂ ਸੈਂਟਰ ਲੌਕ ਫਿਟਿੰਗ ਪਹਿਲਾਂ ਤੋਂ ਹੀ? ਪਹਿਲਾਂ ਤੋਂ ਹੀ। ਹਾਂਜੀ ਜਿਵੇਂ ਯਾਰ ਇੱਥੇ ਤਾਂ ਕਿਤੇ ਬਟਨ ਹੀ ਹੈ ਨਹੀਂ ਉਹ ਸੈਂਟਰ ਲੌਕ ਵਾਲਾ, ਇੱਧਰ ਲੱਗਿਆ ਜੀ ਸਾਈਡ ਤੇ ਲੱਗਿਆ। ਅੱਛਾ ਹਾਂਜੀ। ਅੱਛਾ ਇੱਕ ਤਾਂ ਉਹ ਲੱਗਿਆ ਸੈਂਟਰ ਲੌਕ ਵਾਲਾ ਫੀਚਰ ਆ ਗਿਆ ਇਹਦੇ ਚ ਹੈ, ਤੇ ਇੰਜਣ ਪੱਖੋਂ ਇਹਦੇ ਚ ਕੀ ਵੱਖਰਾ ਹੈ ਦੂਜੀਆਂ ਮਰੂਤੀਆਂ ਨਾਲੋਂ ਜਿਹੜੀਆਂ ਪਹਿਲਾਂ ਸੀ? ਓਰੀਜਨਲ ਆਪਣੀ 36 ਆ, ਆਪਣੀ 58,000 ਚੱਲੀ ਹੋਈ ਆ ਇਹ। ਅੱਛਾ ਹਜੇ ਇਸ ਟਾਈਮ 58,000 ਚੱਲੀ ਹੋਈ ਆ ਹੁਣ ਤਾਂ ਹੀ। ਹਾਂ ਜੇ ਮੈਂ ਇਹ ਹੈਗੀ BS3 ਯੂਰੋ 3। ਅੱਛਾ ਮਤਲਬ ਜਿਹੜਾ ਲਾਸਟ ਇੰਜਣ ਆਇਆ ਸੀ ਮਰੂਤੀ ਚ ਯੂਰੋ 3, ਤੇ ਇਹਦੀ ਖਾਸੀਅਤ ਇਹ ਹੈ ਇੰਜਣ ਦੀ, ਜਿਵੇਂ AC ਲਾਏ ਤੇ ਗੱਡੀ ਦੱਬਦੀ ਨਹੀਂ ਹੈਗੀ ਜਿਵੇਂ ਬਾਕੀ ਮਰੂਤੀਆਂ ਦੱਬ ਜਾਂਦੀਆਂ ਆਪਾਂ ਕਹਿੰਦੇ ਆ ਵੀ ਤਾਂ ਇੱਕ ਵਾਰੀ ਉਹ ਫੜਕਾ ਜਾ ਕੇ ਗੱਡੀ ਕੱਟਣੀ ਹੈ ਅਸੀਂ ਬੰਦ ਕਰਨਾ ਪੈਂਦਾ, ਉਹ ਮਤਲਬ ਇਹ ਚ ਹੈ ਨਹੀਂ ਦਿੱਕਤ, ਸੁਪਰਾ ਮੋਡ ਲਾਉਂਦੇ ਜਿਵੇਂ ਕਹਿ ਲਓ ਵੀ AC ਬੰਦ ਕਰਕੇ ਆਪਣਾ ਬੂਸਟ ਚੱਲ ਪੈਂਦਾ, ਬੂਸਟ ਚੱਲ ਪੈਂਦਾ ਹੈ ਜੇ ਭਾਈ ਆਪਾਂ ਜਿਹੜੀ ਇੰਜਣ ਦੀ ਗੱਲ ਕਰਦੇ ਬੋਨਟ ਖੋਲ ਸਕਦੇ ਆ? ਹਾਂਜੀ ਹਾਂਜੀ ਜ਼ਰੂਰ ਜੀ। ਮੈਂ ਕਈ ਵਾਰੀ ਬੰਦੇ ਨੇ ਆਂਦਾ ਯਾਰ ਭਾਈ ਇੰਜਣ ਦਿਖਾਉਣਾ ਨਹੀਂ, ਉਹ ਖੋਲ ਕੇ ਖੋਰੇ ਹੈ ਯਾਰ, ਬਾਕੀ ਗੱਡੀ ਤੁਹਾਡੀ ਵਾਕਈ ਬਹੁਤ ਸਾਫ਼ ਆ ਹੈ ਭਾਈ, ਇੱਦਾਂ ਦੱਸਿਓ ਗੱਡੀ ਰੋਡ ਤੇ ਲੈ ਕੇ ਨਿਕਲਦੇ ਹੋ ਘਰੋਂ ਲੈ ਕੇ ਨਿਕਲਦੇ ਹੋ, ਕੋਈ ਕਹਿੰਦਾ ਯਾਰ ਵੇਚਣੀ ਹੈ? ਮੈਂ ਕਹਿੰਦਾ ਰੋਡ ਤੇ ਪਹਿਲਾਂ ਚੜ੍ਹਦੀ ਨਹੀਂ ਹੈਗੀ, ਲੋਕ ਮੁੜ ਕੇ ਦੇਖਣਾ ਸ਼ੁਰੂ ਕਰ ਦਿੰਦੇ ਨੇ। ਹਾਂ ਬਸ ਗੱਡੀ ਰੋਡ ਤੇ ਚੜ੍ਹਦੀ ਸਰ ਬੰਦਾ ਇਹ ਰਿਐਕਸ਼ਨ ਆਏ ਹੁੰਦੇ ਵੀ ਸਿਰਾ ਲਾ ਪਿਆ, ਆਏ ਤਾਂ ਬੰਦਾ ਕਰ ਕੀ ਜਾਂਦਾ ਆਏ ਤਾਂ ਬਾਕੀ ਯਾਰ। ਆਪਾਂ ਵੀ ਜਦੋਂ ਆਏ ਨਾ ਮੈਂ ਮਗਰੋਂ ਗੱਡੀ 'ਚ ਗੱਲ ਕਰਦਾ ਸੀ, ਮੈਂ ਕਿਹਾ ਯਾਰ ਦੇਖ ਬੰਦੇ ਸਾਰੇ ਦੇਖਦੇ ਨੇ, ਇਹਨੂੰ ਵੀ ਤਾਂ ਉਹਨੂੰ ਵੀ ਹੈ, ਆਏ ਨਹੀਂ ਵੀ ਉਹਨੂੰ ਵੀ ਦੇਖਦੇ, ਦੋਨਾਂ ਨੂੰ ਦੇਖਦੇ ਆ ਹੈ। ਹਾਂਜੀ ਤੇ ਇੱਥੇ ਕੋਈ ਮੋਡੀਫਿਕੇਸ਼ਨ ਕਰਾਈ ਗੱਡੀ ਨੇ ਕਿ ਨਹੀਂ? ਇਹ ਗੱਡੀ ਮਤਲਬ ਆਪਣੀ ਓਰੀਜਨਲ ਰੱਖੀ ਹੈ, ਐਂਪ ਬੂਫਰ ਕਰਕੇ ਆਪਾਂ ਥੋੜੀ ਬੈਟਰੀ ਅਪਗ੍ਰੇਡ ਕੀਤੀ, ਥੋੜਾ ਜਿਹਾ ਹੈ ਉਹ ਅਪਗ੍ਰੇਡ ਕਰਤਾ, ਤੇ ਬਾਕੀ ਹੋਰਨ ਵਗੈਰਾ ਨਾਰਮਲ ਜਿਵੇਂ ਆਪਾਂ ਥੋੜੇ ਆਹ ਦੂਏ ਲਾ ਦਿੰਨੇ ਆ। ਹਾਂ ਥੋੜੇ ਵੱਡੇ ਲਾਤੇ ਹੈ, ਵੱਡੇ ਲਵਾਏ ਆ, ਹਾਂ ਥੋੜੇ ਵੱਡੇ ਲਵਾਏ ਆ। ਹਾਂ ਇੱਕ ਤਾਂ ਇਹ ਕਰਾਤਾ ਯਾਰ ਇੰਜਨ ਬੜਾ ਸਾਫ਼ ਆ, ਜੋ ਅਸੀਂ ਕਰਾਇਆ ਪਾਵਰ ਬ੍ਰੇਕ ਕਰਾਈ ਆ, ਇਹ ਕਰਾਈ ਕਰਾਉਣੀ ਪਈ ਹੈ, ਪਾਵਰ ਬ੍ਰੇਕ ਹੈ ਨਹੀਂ ਸੀਗੀ, ਬ੍ਰੇਕ ਬੂਸਟਰ ਦਾ ਨਵਾਂ ਲੱਗ ਗਿਆ। ਹਾਂ ਇਹਨੂੰ ਜੈਨ ਨਾਲ ਲਵਾਤਾ ਸੀਗਾ, ਅੱਛਾ ਜੈਨ ਨਾਲ ਲਵਾਤਾ, ਕਿਉਂਕਿ ਆਇਆ ਲਾਏ ਵੀ ਵੱਡਿਆ ਫਿਰ ਬ੍ਰੇਕ ਵੀ ਚਾਹੀਦੀ ਆ ਉਹ ਜੀ। ਇਹ ਇਹਦੀ ਜਿਹੜਾ ਇੰਜਨ ਦੀ ਸਰਵਿਸ ਕਾਸਟ ਐ ਐਸਐਮ ਕਿੰਨੀ ਆਉਂਦੀ ਜੇ ਆਪਾਂ ਕਰਾਉਨੇ ਨਾਰਮਲ ਸਰਵਿਸ ਕਾਸਟ ਐ ਇਹਦੀ ਮਤਲਬ ਲਾ ਲਓ ਤੁਸੀਂ 3000 ਆ ਜਾਂਦੀ, 3-4000 ਬਸ, 3-4000 ਤਾਂ ਮੰਨ ਲਓ ਇਹਦੀ ਸਰਵਿਸ ਦੀ ਕਾਸਟ ਆਉਂਦੀ ਹੈ ਨਾ, ਬਾਕੀ ਹੋਰ ਜ਼ੀਰੋ ਖਰਚਾ ਗੱਡੀ ਦਾ, ਹੋਰ ਕੋਈ ਖਰਚਾ ਨਾ, ਜੱਦੀ ਲਿੱਤੀ ਆ। ਹਾਂਜੀ ਜੱਦੀ ਲਿੱਤੀ, ਅੱਜ ਤੱਕ ਤੇਲ ਏ ਪਵਾਇਆ, ਮਤਲਬ ਇਹ ਪਾਵਰ ਸਟੀਅਰਿੰਗ ਤਾਂ ਨਹੀਂ ਆਉਂਦੀ? ਨਹੀਂ ਪਾਵਰ ਸਟੀਅਰਿੰਗ ਨਹੀਂ ਹੈਗੀ, ਨਾ ਪਾਵਰ ਬ੍ਰੇਕ ਤੇ ਪਾਵਰ ਸਟੀਅਰਿੰਗ। ਅੱਛਾ ਹਾਂਜੀ
ਤੇ ਆਪਾਂ ਬਾਅਦ ਚ ਕਰਾਈਏ ਪਾਵਰ ਬ੍ਰੇਕ। ਉਹ ਮਤਲਬ ਆਇਆ ਉਦੋਂ ਡਿਮਾਂਡ ਤੇ ਮਿਲ ਜਾਂਦੀਆਂ ਸੀਗੀਆਂ, ਜਿਵੇਂ ਆਪਾਂ ਚਾਹੁੰਦੇ ਆ ਵੀ ਆਪਾਂ ਨੂੰ ਪਾਵਰ ਸਟੀਅਰਿੰਗ ਤੇ ਉਹਦੇ ਪੈਸੇ ਐਕਸਟਰਾ ਹੋ ਜਾਂਦੇ ਸੀਗੇ। ਅੱਛਾ ਉਦੋਂ ਕਸਟਮ ਗੱਡੀ ਲੈ ਸਕਦੇ ਸੀ ਆਪਾਂ ਹਨਾ, ਕੰਪਨੀ ਤੋਂ ਸਿੱਧਾ। ਭਈਆ ਬੰਦ ਕਰ ਦਈਏ? ਹਾਂਜੀ ਹਾਂਜੀ ਯਾਰ, ਇੰਜਣ ਵਾਕਈ ਬਈ ਤੁਹਾਡੀ ਗੱਡੀ ਦਾ ਇੰਜਣ? ਹਾਂਜੀ ਇੰਜਣ ਬੇ ਤੋਂ ਹੀ ਪਤਾ ਲੱਗ ਜਾਂਦਾ ਗੱਡੀ ਰੀਜਨਲ ਹੈ ਜਾਂ ਕਿਵੇਂ। ਮੈਂ ਬਾਈ ਨਾਲ ਗੱਲ ਕਰਦਾ ਸੀ, ਮੈਂ ਕਿਹਾ ਤੁਸੀਂ ਇਹਦੇ ਲੱਗੇ ਰਹਿੰਦੇ ਹੋ ਸਾਫ ਸਫਾਈਏ ਨੂੰ। ਹਾਂਜੀ ਹਾਂਜੀ ਤੇ ਬਾਕੀ ਬੰਪਰ ਬੰਪਰ ਸਾਰੇ ਨਾਲ ਦੇ ਨੇ ਗੱਡੀ ਲਈ ਹੋਈ ਆ? ਹਾਂਜੀ ਬੰਪਰ ਨਾਲ ਦੇ ਨੇ ਅੱਜ ਤੱਕ, ਇਹ ਤੇ ਕਾਲਾ ਪੇਜ ਆਪਾਂ ਲਾਇਆ ਹੀ ਨਹੀਂ ਹੈਗਾ ਜੀ। ਕਾਲਾ ਪੇਜ ਹੈ ਕਹਿ ਦਿੰਦੇ ਨੇ ਵੀ ਜਿਵੇਂ ਹਰ ਮਰੂਤੀ ਤੇ ਲੱਗਿਆ ਹੀ ਹੁੰਦਾ। ਹਾਂ ਜਾਪਾਨੀ ਪੇਜ ਹੈ। ਹਾਂਜੀ ਜਾਪਾਨੀ ਪੇਜ ਹੈ। ਹਾਂ ਇੱਕ ਹੋਰ ਇਹ ਸਪੇਸਰ ਪਏ ਹੋਏ ਲਾਏ ਇਹਨੂੰ? ਨਹੀਂ ਵਿਦਆਊਟ ਸਪੇਸਰ ਹੈ ਇਹ। ਹਾਂ ਜਿਵੇਂ ਓਰੀਜਨਲ ਜਿਹੜੀ ਮਰੂਤੀ ਦੀ ਪੀਸੀਡੀ ਹੁੰਦੀ ਆ ਉਹੀ ਫਿਟਮੈਂਟ 'ਚ ਫਿੱਟ ਹੋਇਆ ਹੋਇਆ ਇਹ। ਤੇ ਇਹ ਲਾਏ ਜਿਹੜਾ ਆ ਹੁਣ ਤਾਂ ਇੱਕ ਇਹਦੀ ਮਰੂਤੀ ਨੂੰ ਪਾਇਆ, ਵੈਸੇ ਤਾਂ ਮਰੂਤੀਆਂ ਨੂੰ ਆਪਾਂ ਟਾਇਰ ਦੇਖਦੇ ਸੁੱਖ ਨਾਲ ਵਾਹਵਾ ਵੱਡੇ ਪਾ ਦਿੰਦੇ ਨੇ ਲੋਕੀ ਨਾ, ਸਪੇਸਰ ਪਾ ਕੇ ਫਿਰ ਉੱਚੀ ਕਰ ਦਿੰਦੇ ਨੇ। ਹਾਂਜੀ ਇਹਨੂੰ ਲਾਏ ਆਪਾਂ ਬਹੁਤੀ ਉੱਚੀ ਵੀ ਨਹੀਂ ਚੱਕੀ ਗੱਡੀ, ਨੋਰਮਲ ਰੱਖੀ ਆ ਵੀ ਬਹੁਤੀ ਔਡ ਨਾ ਲੱਗੇ ਯਾਰ। ਪਰ ਲਾਏ ਤਾਂ ਚੌੜਾ ਹੀ ਬਹੁਤ ਆ, ਲਾਏ ਚੌੜਾ ਬਹੁਤ ਆ। ਹਾਂਜੀ 9J ਚੜਾਈ ਆ ਇਹਦੀ, 9J 9J ਦੇ ਹਿਸਾਬ ਨਾਲ ਆਪਾਂ ਕਹਦੇ ਕਿ ਮਤਲਬ ਕਿ ਇਹ ਵਾਲਾ ਸਾਈਜ਼ ਕਿਹੜੀ ਗੱਡੀ ਨੂੰ ਨੋਰਮਲੀ ਚੜਾਈ 'ਚ ਪੈਂਦਾ? ਇਹ ਜਿਵੇਂ ਸਵਿਫਟ ਡਿਜ਼ਾਇਰ 'ਚ ਅੱਜ ਕੱਲ੍ਹ ਲਾਏ ਪਵਾਉਂਦੇ ਆਪਾਂ, ਇੰਨਾ ਕੁ ਸਾਈਜ਼ ਪੈਂਦਾ। ਹਾਂ ਤੇ ਮਤਲਬ ਜਿਹੜਾ ਟਾਇਰ ਆ, ਮਤਲਬ ਟਾਇਰ ਆਪਾਂ ਹੋਰ ਚੌੜਾ ਪਾ ਸਕਦੇ ਹਾਂ? ਟਾਇਰ 'ਚ ਤੁਸੀਂ ਲਾ ਲਓ 215-35 ਜਿੰਨਾ ਮਰਜ਼ੀ ਪਾ ਲਓ। ਤੇ ਇਸ ਟਾਈਮ ਕਿੰਨਾ ਇਹ 'ਚ? 195 ਆ। 195 ਜੇ ਤੋਂ ਵੱਧ ਚੌੜਾ ਕਰਦੇ ਸੀਗੇ ਫਿਰ ਨਾਲ ਟਚਿੰਗ ਦੀ ਪ੍ਰੋਬਲਮ ਆ ਰਹੀ ਸੀਗੀ। ਵੈਸੇ ਮਰੂਤੀ ਨੂੰ ਜਿਵੇਂ 15 ਇੰਚ 'ਚ 185 ਤੱਕ ਨੋਰਮਲ ਪਾਉਂਦੇ ਆ, ਆਪਾਂ ਫਿਰ ਵੀ 195 ਪਾਇਆ ਹੋਇਆ। ਕੋਈ ਆਪਾਂ ਕੈਂਬਰ ਨੀ ਕੀਤਾ ਗੱਡੀ ਦਾ, ਕੋਈ ਕੁਛ ਨੀ, ਜਿਵੇਂ ਓਰੀਜਨਲ ਸੀ ਉਵੇਂ ਸਿਰਫ ਲਾਏ ਪਾਏ ਆਪਾਂ। ਇੱਕ ਹੋਰ ਖਾਸੀ ਦੇ ਦੇ, ਇਹ ਡਾਇਰੈਕਟ ਫਿਟਮੈਂਟ ਲਾਏ ਨੇ ਵੀ ਆਪਣੇ, ਸਿੱਧੇ ਪੈ ਗਏ ਨੇ, ਕੋਈ ਛੇੜ ਛਾੜ ਕਰਨ ਦੀ ਲੋੜ ਨਹੀਂ ਸੀਗੇ। ਆਰਡਰ ਤੇ ਕਿੰਨੇ ਦਿਨ ਲੱਗਿਆ ਸੀਗਾ? ਮਤਲਬ ਮਹੀਨਾ ਕਿਨੂੰ ਲੱਗ ਗਿਆ ਸੀ ਵੇਟਿੰਗ ਕੀਤੀ? ਅਲਾਈ ਟਾਇਰ ਕਿੰਨੇ ਦਿਨ ਗੱਡੀ ਦੇ ਇਕੱਲੇ? ਇਹ 50,000 ਦਾ ਖਰਚਾ ਆ ਗਿਆ ਸੀਗਾ। 50,000 ਦੇ ਹੈਗੇ ਨੇ ਇਹ? ਮੈਂ ਗੱਡੀ ਦਾ ਮੁੱਲ ਕਿੰਨਾ ਕੁ ਲੱਗਾ ਹੁਣ ਤਾਈ ਬਈ ਸੱਚੀ ਦੱਸ? ਤੱਕ 2,00,000 ਤੱਕ ਲੱਗ ਗਿਆ। ਹਾਂਜੀ 2,00,000 ਦੇਣ ਨੂੰ ਤਿਆਰ ਨੇ। ਹਾਂਜੀ ਗੱਡੀ ਦੇ ਉੱਪਰ ਕਿੰਨੇ ਲੱਗੇ ਟੋਟਲ? ਆਪਣਾ 220 ਲੱਗ ਗਿਆ, 220 ਪਲੱਸ ਲੱਗ ਗਿਆ। ਹਾਂਜੀ 2,00,000 ਦੇ ਉੱਪਰ ਗੱਡੀ ਦੇ ਉੱਪਰ ਲੱਗਿਆ ਹੋਇਆ ਆ। ਹਾਂਜੀ ਹਾਂਜੀ ਮਤਲਬ ਐਂ ਆ ਬਈ ਵੇਚਣ ਦਾ ਮੂਡ ਹੈ ਇਹਨੂੰ ਕਾਹਨੂੰ? ਮੈਂ ਹੁਣ ਵੀਡੀਓ ਦੇਖਦੇ ਬਹੁਤ ਜਾਣੇ ਪੁਰਾਣੇ ਕਲੈਕਟਰ ਨੇ, ਅਗਲਾ ਕਹਿੰਦਾ ਯਾਰ ਖੋਰੇ ਗੱਡੀ ਦੇਣ ਨੂੰ ਮੰਨੀ ਜਾਣ ਨਾ। ਆਪਾਂ ਆ ਜਿਵੇਂ ਹੁਣ ਇਹ ਲੱਭੀ ਬਹੁਤ ਔਖੀ ਸੀ ਓਰੀਜਨਲ ਪੇਂਟ ਦੀ ਗੱਡੀ, ਵੇਚਣ ਦਾ ਮਨ ਕਰਦਾ ਹੀ ਨਹੀਂ, ਆਪ ਹੀ ਨਹੀਂ ਕਰਦਾ। ਨੰਬਰ ਤੇ ਕਿੰਨੇ ਪੈਸੇ ਲਾਏ ਨੇ? ਨਹੀਂ ਨੰਬਰ ਇਹਦਾ ਨਾਲ ਹੀ ਸੀਗਾ। ਨੰਬਰ ਬੜਾ ਸੋਹਣਾ ਹੈ 2004। ਹਾਂ ਮੇਰਾ ਬਰਥ ਵੀ 2004 ਦਾ ਹੀ ਹੈ। ਮੈਂ ਕਿਹਾ ਫਿਰ ਤਾਂ ਗੱਡੀ ਲੈਣੀ ਬਣਦੀ ਹੈ। ਅੱਛਾ ਹਾਂਜੀ ਹਾਂਜੀ ਮੈਂ ਬਾਪੂ ਨੂੰ ਸ਼ੌਂਕ ਹੈਗਾ, ਆਪ ਨੂੰ ਵੱਧ ਸ਼ੌਂਕ ਹੈ? ਨਹੀਂ ਹੁਣ ਜਿਵੇਂ ਅਸੀਂ ਗੱਡੀ ਦੇਖੀ ਸਾਨੂੰ ਪਸੰਦ ਆ ਗਈ, ਅਸੀਂ ਪਾਪਾ ਨੂੰ ਦਿਖਾਉਣੀ ਆ। ਅੱਛਾ ਉਹਨਾਂ ਨੇ ਆਏ ਨੀ ਵੀ ਨਾ ਨੁੱਕਰ ਕਰ ਦੇਣੀ ਆਪਾਂ, ਮਤਲਬ ਤਾਂ ਹੀ ਲਿਖਾ ਹੋਇਆ ਬਾਪੂ ਤੇਰੇ ਕਰਕੇ। ਅੱਛਾ ਮਤਲਬ ਆਪਾਂ ਨੂੰ ਘਰੋਂ ਵੀ ਸਪੋਰਟ ਕਰਦੇ, ਉਹਨਾਂ ਨੂੰ ਵੀ ਸ਼ੌਂਕ ਆ ਵੀ ਗੱਡੀਆਂ ਦਾ। ਜਦੋਂ ਆਪਾਂ ਘਰੋਂ ਗੱਡੀ ਕੱਢਣ ਲੱਗੇ ਸੀਗੇ ਵੀਰਾ ਕਹਿੰਦਾ ਯਾਰ ਜਿਹੜੀਆਂ ਲਾਈਟਾਂ ਨੇ ਕਹਿੰਦਾ ਤੁਸੀਂ ਕਿਤੇ ਹੋਰ ਨੀ ਦੇਖੀਆਂ ਹੋਣਗੀਆਂ ਇਹ। ਹਾਂਜੀ ਇਹ ਕਿਵੇਂ? ਇਹ ਮੈਂ ਵੀਰੇ ਆਪ ਕਸਟਮ ਮੇਡ ਬਣਾਈਆਂ ਹੋਈਆਂ ਇਹ ਲਾਈਟਾਂ ਇਹਦੀਆਂ। ਇਹ ਲਾਈਟਾਂ ਆਪ ਬਣਾਈਆਂ ਹੋਈਆਂ ਨੇ? ਹਾਂਜੀ ਹੈ ਇਹ ਮੈਂ ਆਪ ਬਣਾਈਆਂ ਨੇ ਜੀ। ਜਿਵੇਂ ਸਪੇਅਰ ਮਰੂਤੀ ਦੀ ਲਾਈਟ ਲੈ ਕੇ ਸਾਰੀ ਕਟਿੰਗ ਕਰਕੇ ਸਾਰਾ ਡਿਜ਼ਾਈਨ ਆਪ ਤਿਆਰ ਕੀਤਾ। ਅੱਛਾ ਵਿੱਚ ਡਿਜ਼ਾਈਨ ਕਰਤਾ ਇਹਦੇ ਐਲਈਡੀ ਲਾਈਟ ਪਾਈ ਹੋਈ ਹੈ ਵਿੱਚ। ਅੱਛਾ ਫਿਰ ਆ ਜਗਦੀਆਂ ਪਈਆਂ ਨੇ ਜਿਹੜੀਆਂ ਇਹ ਇਹ ਕਾਦੀਆਂ ਆ ਫਿਰ? ਇਹ ਪਾਰਕਿੰਗ ਲਾਈਟ ਚੱਲ ਰਹੀ ਹੈ ਇਸ ਟਾਈਮ ਇਹਦੀ। ਅੱਛਾ ਹਾਂਜੀ ਹਾਂਜੀ ਜਿਵੇਂ ਆ ਗਿਆ ਆਪਣਾ ਚੱਲਦੀਆਂ ਬ੍ਰੇਕ ਦੀ ਅਲੱਗ ਇੰਡੀਕੇਟਰ ਮੋਡ ਆ ਗਿਆ। ਅੱਛਾ ਲਾਈਟ ਲੱਗ ਗਿਆ। ਹਾਂਜੀ ਅੱਛਾ ਹਾਂਜੀ ਮਤਲਬ ਇਹ ਆਪ ਡਿਜ਼ਾਈਨ ਕਰਤੀ ਆ, ਮਤਲਬ ਬਾਈ ਆਪ ਲੱਗਾ ਰਹਿੰਦਾ ਗਰਾਜ ਦੇ ਵਿੱਚ ਕੋਈ ਹੁਣ ਕੋਈ ਵੀ ਕੰਮ ਕਰਨਾ ਆਪਾਂ ਗੱਡੀ ਦਾ, ਇਲੈਕਟ੍ਰੋਨਿਕਲੀ ਜਾਂ ਮਕੈਨੀਕਲੀ ਸਾਰਾ ਬ੍ਰਦਰ ਹੀ ਕਰਦਾ। ਮੈਂ ਬਾਹਰ ਮਿਸਤਰੀ ਨੂੰ ਹੱਥ ਘੱਟ ਲਾਉਣ ਦਿੰਦੇ ਹੋ? ਨਾ ਆਪਾਂ ਮਿਸਤਰੀ ਦੇ ਅੱਜ ਤੱਕ ਕਦੇ ਲੈ ਕੇ ਹੀ ਨਹੀਂ ਗਏ। ਨੋਰਮਲ ਤਾਂ ਤੁਸੀਂ ਬੇਸਾਂ ਬਹੁਤ ਦੇਖੀਆਂ ਹੋਣਗੀਆਂ, ਇਹਦੀ ਬੇਸ ਇੱਕ ਵਾਰ ਜ਼ਰੂਰ ਦੇਖਿਓ ਹੈ। ਮੈਂ ਕਿਹਾ ਜਗ੍ਹਾ ਰੱਖੀ ਨਹੀਂ ਵੀਰੇ ਆਪਾਂ ਇਹਦੇ 'ਚ ਵੀ ਸਮਾਨ ਰੱਖ ਦਈਏ ਕੋਈ ਮਤਲਬ ਵਧੀਆ ਬੇਸ ਐਨ
ਨਹੀਂ ਬਾਕੀ ਆ ਤੁਸੀਂ ਪੈਸੇ ਪੂਹੇ ਗੱਡੀ ਤੇ ਰੂਹ ਨਾ ਲਾ ਰੱਖੇ ਨੇ, ਸਾਰਾ ਸਿਸਟਮ ਪੋਇਨਰ ਦਾ ਹੀ ਲਾਇਆ ਆਪਾਂ ਇਹਦੇ, ਪੈਸੇ ਲੱਗੇ ਆ ਤੇ ਪੈਸੇ ਦਿੰਦੇ ਆ, ਹਾਂਜੀ ਉਪਰ ਹੈਡ ਯੂਨਿਟ ਸਾਰੀ ਪੋਇਨਰ ਟੋਟਲੀ ਸਾਰਾ ਪਾਈਨਰ ਲੱਗਿਆ ਹੋਇਆ ਹੈ ਤੇ ਫੈਨ ਆਪਾਂ ਪੂਰੇ, ਆਹਾਂ ਆ ਚੈਂਪੀਅਨ ਸੀਰੀਜ਼ ਆ ਲਾਤੀ ਆ, ਚੈਂਪੀਅਨ ਕਰਦੇ ਬੰਦੇ ਗੱਡੀ 'ਚ ਫਿਰ ਇਦਾਂ ਹੈ ਆਪਾਂ ਫਿਰ ਚਲੋ ਆਵਾਜ਼ ਘੱਟ ਰੱਖੀ ਦੀ ਆ, ਇੱਕ ਤਾਂ ਭਾਈ ਆਹ ਸੀਗੀ ਹੈ ਗੱਡੀ, ਹਾਂਜੀ ਇੱਕ ਆਹ ਖੜੀ ਉਹ ਆ ਹੈ, ਇਹ ਤਾਂ ਉਹ ਆ ਜਿਹਨੂੰ ਤਾਂ ਹਰੇਕ ਬੰਦਾ ਦੇਖਦਾ, ਬੁੜਾ ਬਜ਼ੁਰਗ ਨਿਆਣਾ ਨਿੱਕਾ ਜਿਹੜੇ ਸਾਰੇ ਦੇਖਦੇ ਨੇ ਭਾਈ ਹੈ, ਇਹ ਗੱਡੀ ਕਿਹੜੀ ਆ ਇਹ ਵੀਰੇ ਹੈਗੀ ਆਪਣੀ 85 ਮਾਡਲ, ਪਹਿਲੀ ਮਰੂਤੀ ਆਈ ਹੈ, ਹਾਂ 1985 ਮਾਡਲ, ਸਭ ਮੇਡ ਇਨ ਜਪਾਨ ਮਤਲਬ ਉਧਰੋਂ ਇੰਪੋਰਟ ਹੋਈ ਸੀ। ਵੈਸੇ ਭਾਈ ਤੁਸੀਂ ਮੈਨੂੰ ਗੱਲ ਦੱਸੀ ਸੀ ਇਹਨੂੰ ਰੰਗ ਕਰਾਏ ਆ, ਹਾਂਜੀ ਪਰ ਪਤਾ ਨਹੀਂ ਲੱਗਦਾ ਰੰਗ ਕਰਾਏ ਆ, ਬਸ ਵੀਰੇ ਰੰਗ ਆਪਾਂ ਮਤਲਬ ਆਏ ਆ ਜਿਵੇਂ ਇਹ 'ਚ ਡੈਂਟਿੰਗ ਬਹੁਤ ਹੀ ਹੈ ਨਹੀਂ ਸੀਗੀ ਗੱਡੀ 'ਚ, ਕੋਈ ਕਿਤੇ ਆਪਾਂ ਪੁੱਟੀ ਨਹੀਂ ਭਰਾਈ, ਇਹ ਲਈ ਕਿਹਨੇ ਸੀਗੀ, ਲਈ ਆਪਾਂ ਹੀ ਲਿੱਤੀ ਸੀਗੀ ਵੀਰੇ, ਆਪਾਂ ਇਹ ਦੇਹਰਾਦੂਨ ਤੋਂ ਲਿੱਤੀ ਸੀਗੀ ਸੈਕਿੰਡ ਹੈਂਡ, ਹਾਂਜੀ ਹੋ ਗਏ ਇਹਨੂੰ ਆਪਾਂ ਨੂੰ 3.5 ਸਾਲ ਹੋ ਗਏ ਲਿੱਤੀ ਨੂੰ, ਤੇ ਦੇਹਰਾਦੂਨ ਤੋਂ ਆਪਾਂ ਲੈ ਕੇ ਆਏ ਸੀਗੇ, ਯੂਕੇ ਨੰਬਰ ਸੀ, ਫਿਰ ਇਹਨੂੰ ਟ੍ਰਾਂਸਫਰ ਕਰਾਇਆ ਸੀ ਪੰਜਾਬ ਨੰਬਰ 'ਚ, ਨੰਬਰ ਲੈ ਲਿਆ ਭਾਈ 60-55, ਹਾਂਜੀ ਹੈ 80-55 ਨੰਬਰ ਵੀ ਤੁਹਾਡੇ ਕੋਲ ਹੈਗਾ ਜਿਹਦਾ ਬੋਸ ਬਣਦਾ ਆ ਘੁਮਾ ਕੇ, ਹੈ ਇਹ 60-55 ਸਾਡੇ ਫਾਰਮ ਟਰੈਕ ਵਾਲਿਆਂ ਦਾ ਨੰਬਰ ਆ, ਹਾਂਜੀ ਨੰਬਰ ਤੁਹਾਡੇ ਸਾਰੀਆਂ ਗੱਡੀਆਂ ਨੂੰ ਵਧੀਆ ਲੱਗੇ ਹੋਏ, ਹਾਂਜੀ ਹਾਂਜੀ ਹੈ ਜੇ ਬਾਈ ਇਹ ਲਈ ਕਿੰਨੇ 'ਚ ਸੀਗੀ, ਇਹ ਵੀਰੇ ਆਪਾਂ 90,000 ਦੀ ਲਿੱਤੀ ਸੀਗੀ, ਉੱਤੇ ਕਿੰਨੇ ਲੱਗ ਗਏ, ਉੱਤੇ ਤਾਂ ਬਸ ਪੁੱਛੋ ਹੀ ਨਾ, 3 ਲੱਖ 'ਚ ਪੈ ਗਈ ਇਹ, 3 ਲੱਖ 'ਚ ਪੈ ਗਈ ਗੱਡੀ, 3 ਲੱਖ ਦਾ ਕੀ ਬਾਈ ਲੱਗ ਗਿਆ ਗੱਡੀ ਨੂੰ ਇਹਨੂੰ, ਦੇਖੋ ਜਿਵੇਂ ਤੁਸੀਂ ਕਿਹਾ ਪੇਂਟ, ਪਤਾ ਨਹੀਂ ਲੱਗਦਾ ਪੇਂਟ ਹੋਈ ਹੋਈ ਦਾ, ਬਾਕੀ ਮੈਂ ਤੁਸੀਂ ਕਿਹਾ ਬਾਈ ਬਾਹਰੋਂ ਕਰਾਈ ਆ, ਹਨਾ ਬਾਹਰੋਂ ਬਾਹਰੋਂ ਹੋਈ ਆ, ਤੇ ਅੰਦਰ ਦਾ ਤੇ ਬਾਹਰ ਦਾ ਅੰਦਰਲਾ ਰੰਗ ਰੀਜਨਲ ਆ, ਅੰਦਰ ਤੇ ਬਾਹਰ ਦਾ ਤਾਂ ਫਰਕ ਹੀ ਨਹੀਂ ਮਲੂਮ ਹੁੰਦਾ, ਹਾਂਜੀ ਬਸ ਇਹੀ ਖਾਸੀਅਤ ਆ ਪੇਂਟ 'ਚ, ਜਿਵੇਂ ਆਪਾਂ ਪੇਂਟ ਸਸਤਾ ਵੀ ਹੁੰਦਾ ਸੀ ਆਪਾਂ ਕਿਹਾ ਵੀ ਕਿਤੋਂ ਆਪਾਂ ਗੱਡੀ 'ਚ ਕਮੀ ਛੱਡਣੀ ਨੀਗੀ ਪੇਂਟ 'ਚ, ਤੁਸੀਂ ਹੱਥ ਮਾਰ ਕੇ ਦੇਖੋ ਐਂ ਲੱਗਦਾ ਵੀ ਰੀਜਨਲ ਪੇਂਟ, ਰੰਗ ਵਾਕਈ ਬਾਈ ਐਂ ਜਿਵੇਂ ਓਰੀਜਨਲ ਗੱਡੀ ਦਾ ਹੁੰਦਾ ਨਾ ਕਿ ਹੱਥਾਂ ਨੂੰ ਰੜਕਦਾ ਨਹੀਂ ਕਿਸੇ ਪਾਸੇ, ਰੜਕਦਾ ਨਹੀਂ, ਹਾਂ ਇੱਕ ਤਾਂ ਉਹ ਲੱਗ ਗਿਆ ਹੈ ਰੰਗ ਕਰਾਤਾ, ਹੋਰ ਗੱਡੀ ਨੂੰ ਕੀ ਕਰਾ ਦਿਆ, ਹੋਰ ਵੀਰੇ ਇੱਕ ਆਪਾਂ ਲਾਏ ਵੀਲ ਪਾਏ ਇਹਦੇ 'ਚ, ਹਾਂ ਇਹ ਤਾਂ ਆਪਾਂ ਚਲੋ ਆਪਾਂ ਪੰਜਾਬੀਆਂ ਦੇ ਸ਼ੌਂਕ ਹੀ ਨੇ, ਗੱਡੀ ਬਾਅਦ 'ਚ ਲੈਂਦੇ ਹਾਂ, ਲਾਏ ਪਹਿਲਾਂ ਪਾ ਦਿੰਦੇ ਹਾਂ, ਵੈਸੇ ਇਹਨੂੰ ਇਸ ਟਾਈਮ ਨੰਬਰ ਪਿਆ ਹੋਇਆ ਬਾਈ 13, ਇਹ 65-13, ਹਾਂਜੀ ਨੋਰਮਲ ਜਿਵੇਂ ਮਰੂਤੀ ਨੂੰ ਪੈਂਦਾ, ਕਿਉਂਕਿ ਆਪਾਂ ਸੋਫਟ ਚਲਾਈ ਰੱਖੀ ਹੋਈ ਹੈ ਇਹਦੀ, ਹਾਂਜੀ ਮੈਂ ਤੰਗ ਨਾ ਕਰੇ, ਤੰਗ ਨਾ ਕਰੇ ਭਾਈ, ਹੈ ਉਹਦੇ ਕਰਕੇ ਕਰ ਰੱਖਿਆ ਆ ਵੀ ਪਿਆਰੀ ਜੀ ਗੱਡੀ ਆ, ਪਿਆਰੀ ਜੀ ਚਲਾਈ ਰਹੇ, ਉਹਦੇ ਫਾਈਬਰ ਦੇ ਨੇ ਹਨਾ, ਮਰਗਾੜ ਮਰਗੂੜ ਜੇ ਪਲਾਸਟਿਕ, ਹਾਂਜੀ ਉਹਦੇ ਪਲਾਸਟਿਕ ਦੇ ਨੇ, ਇਹ ਤਾਂ ਲੋਹਾ ਵੀਰੇ, ਹਾਂ ਦੇਖੋ ਤੁਸੀਂ ਇਹ ਤਾਂ ਤੁਸੀਂ ਇਹ ਹਿਸਾਬ ਲਾ ਲਓ ਜੇ ਅੱਜ ਦੀ ਸਵਿਫਟ ਹੈ, ਹਾਂ ਉਹਦੇ ਤਾਂ ਚੱਬ ਪਾ ਕੇ ਛੱਡੂਏ, ਇਹਨੂੰ ਨਹੀਂ ਕੁਛ ਆਉਣ ਲੱਗੇ, ਇਹਨੂੰ ਕੁਛ ਨਹੀਂ, ਇਹਦੀ ਵੈਸੇ ਬੋਡੀ ਵੀ ਬਹੁਤ ਹੈਵੀ ਆ, ਤੁਸੀਂ ਮੈਂ ਦੇਖਿਆ ਹੋਣਾ, ਉਹਦੇ ਨਾਲੋਂ ਵੀ ਹੈਵੀ, ਉਹਦੇ ਨਾਲੋਂ ਬਹੁਤ, ਜਿਹੜੀ ਹੁਣ ਬਲੀਨੋ ਸਵਿਫਟ ਆਉਂਦੀ ਆ ਉਹਦਾ, ਹਾਂਜੀ ਉਹਦੇ ਨਾਲ ਤਾਂ ਬਹੁਤ ਜ਼ਿਆਦਾ, ਇਹਦੇ ਨਾਲ ਦੇਖੋ ਅੰਦਰ ਨੂੰ ਹੁੰਦਾ ਹੀ ਨਹੀਂ ਬੋਨਟ, ਇਹ ਜਪਾਨ ਇੰਪੋਰਟ ਆ, ਹਾਂਜੀ ਮੇਡ ਇਨ ਜਪਾਨ, ਇਹਦੇ ਮੀਟਰ ਤੇ ਲਿਖਿਆ ਵੀ ਹੋਇਆ ਮੇਡ ਇਨ ਜਪਾਨ, ਮੇਡ ਇਨ ਜਪਾਨ ਹੈ, ਜਿਵੇਂ ਇੰਜਨ ਦੇ ਪਾਰਟ ਹੋ ਗਏ ਸਾਰਿਆਂ ਦੇ ਮੇਡ ਇਨ ਜਪਾਨ, ਅੱਛਾ ਹਾਂਜੀ ਹੈ, ਜਿਵੇਂ ਭਾਈ ਆਪਾਂ ਇੱਕ ਚੀਜ਼ ਦੇਖਦੇ ਸੀਗੇ ਕਿ ਇਹਦੇ ਪਿੰਜਣ ਦੇ ਪੈਰ ਪੂਰ ਜਦੋਂ ਆਪਾਂ ਦਿਖਾਉਂਦੇ ਸੀਗੇ ਨੋਰਮਲੀ ਆਪਣੀ ਗੱਡੀਆਂ ਦੇ ਪੈਰ ਥੱਲੇ ਹੁੰਦੇ ਆ ਮਰੂਤੀ ਦੇ, ਹਾਂਜੀ ਤੇ ਇਹਦੇ ਉੱਪਰ ਲੱਗੇ, ਇਹਦੇ ਉੱਪਰ ਵੀ ਲੱਗੇ ਹੋਏ ਨੇ, ਬਾਈ ਬੋਨਟ ਕਿਵੇਂ ਖੁੱਲੂਗਾ ਇਹਦਾ, ਬੋਨਟ ਫਿਰ ਇੱਕ ਤਾਂ ਪਹਿਲਾਂ ਅੰਦਰੋਂ ਖੋਲਣਾ ਪੈਂਦਾ, ਬਾਅਦ ਚ ਪੁਸ਼ ਬਟਨ ਲੱਗਿਆ ਹੋਇਆ, ਅੱਛਾ ਹਾਂਜੀ ਐਂ ਨਹੀਂ ਵੀ ਇੱਕ ਲੋਕ ਆ, ਅੱਛਾ ਵਿੱਚ ਨਹੀਂ ਹੱਥ ਪਾਉਣ ਦੀ ਲੋੜ, ਨਹੀਂ ਨਹੀਂ ਆ ਦੇਖੋ ਤੁਸੀਂ ਦੇਖੋ ਖੋਲ ਕੇ ਦੇਖੋ, ਮੰਨ ਲਓ ਆਹ ਬਟਨ ਆ, ਹਾਂਜੀ ਹਾਂਜੀ ਬਸ ਖੁੱਲ ਗਿਆ, ਹਾਂਜੀ ਲੈ ਉਹ ਵਿੱਕੀ ਆਹ ਦੇ ਯਾਰ ਬਾਕੇ, ਅੱਛਾ ਆਹ ਲੱਗ ਗਿਆ ਭਾਈ ਹੈ, ਹਾਂਜੀ ਇਹ ਇੱਥੇ ਲਓ ਬਾਈ, ਜਿਵੇਂ ਆਪਾਂ ਇੰਜਣ ਦੇ ਪੈਰ ਕਹਿੰਦੇ ਸੀ ਬਾਈ, ਤੁਸੀਂ ਆਹ ਪੈਰ ਨੇ ਇੰਜਣ ਦੇ, ਹਾਂਜੀ ਹਾਂਜੀ ਵੀਰੇ ਇਹਨੂੰ ਉੱਪਰ ਲੱਗੇ ਹੁੰਦੇ ਆ ਪੈਰ, ਮਤਲਬ ਅੱਛਾ ਇੰਜਣ ਦੀ ਵਾਈਬ੍ਰੇਸ਼ਨ ਲਾ ਲਓ ਜਮਾਂ ਹੀ ਖਤਮ ਹੋ ਜਾਂਦੀ ਆ, ਇਹ ਇੰਜਣ ਕਿੰਨੇ ਸੀਸੀ ਆ, ਇਹ 800 ਸੀਸੀ ਹੈ ਵੀਰੇ, ਇਹ ਵੀ 800 ਸੀਸੀ ਆ, ਜਿਹੜਾ ਆਹ 800 ਸੀਸੀ ਆ ਤੇ ਉਹ 800 ਸੀਸੀ ਆ, ਦੋਨਾਂ 'ਚ ਫਰਕ ਕੀ ਆ, ਫਰਕ ਇਹ ਆ ਇਹ ਹੈਗਾ ਕਾਰਬੋਰੇਟਰ ਵਾਲਾ, ਹਾਂ
ਉਹ ਹੈਗਾ ECM ਮਤਲਬ ਯੂਰੋ 3 ਆ ਗਏ ਸੀ ਜਿਹੜੇ BS3 ਇੰਜਨ ਉਹ ਸੈਂਸਰ ਵਾਲਾ ਇੰਜਨ ਆ ਉਹਨੂੰ ਮਤਲਬ ਕੰਪਿਊਟਰ ਲੱਗਦਾ ਵਾ ਲੱਗ ਸਕਦਾ ਉਹਨੂੰ ਹੈ ਹਾਂ ਕੰਪਿਊਟਰ ਲੱਗਦਾ ਇਹ ਨਾਰਮਲ ਆ ਮੈਨੂਅਲ ਮੈਨੂਅਲ ਸਵਾਦ ਕਿਵੇਂ ਚਲਾਉਂਦਾ ਸਵਾਦ ਇਹਨੂੰ ਜ਼ਿਆਦਾ ਹਾਂ ਕਿਉਂਕਿ ਐ ਆ ਰੇਸ ਦੋ ਜਦੇ ਨਿਕਲਦੀ ਆ ਤਾਂ ਸਾਂਭ ਕਿਹੜਾ ਵੱਧ ਮੰਗਦਾ ਉਹਨਾਂ ਇਹਨਾਂ ਦੋਨਾਂ ਚੋਂ ਸਾਂਭ ਵੀਰੇ ਦੋਨਾਂ ਦੀ ਨਹੀਂ ਹੈਗੀ ਇਹਦੀ ਤਾਂ ਜਮਾ ਹੀ ਨਹੀਂਗੀ ਜਿਵੇਂ ਹੁਣ ਤੱਕ ਇਹ 1,40,000 ਚੱਲੀ ਹੋਈ ਹੈ ਹੈ ਹੁਣ ਤੱਕ ਓਏ ਵਿੱਕੀ ਇਹ ਮਾੜਾ ਜਿਹਾ ਫਰੇਮ ਲੈ ਕੇ ਨਾ ਕਰੀ ਗੱਡੀ ਦੁਬਾਰੇ ਦਿਖਾਈ ਆ 1,40,000 ਚੱਲੀ ਹੋਈ ਆ ਮੀਟਰ 40,000 ਤੇ ਮਤਲਬ ਜਿਵੇਂ 1,00,000 ਹੋ ਜਾਂਦਾ ਸੀਗਾ ਇਹ ਕਿਸੇ ਅੱਜ ਗੱਡੀਆਂ ਪਾਰਕਿੰਗ 'ਚ ਬਹੁਤ ਖੜੀਆਂ ਨੇ ਕੋਈ ਗੱਡੀ ਜਿਹੜੀ 1,00,000+ ਚੱਲੀ ਉਹ ਆ ਉਹ ਇਹਦੇ ਬਰੋਬਰ ਖੜੀ ਕਰਕੇ ਕਹਿ ਦਿਓ ਕਿ ਭਾਈ ਇਹ 1,00,000 ਚੱਲੀ ਉਹ ਤਾਂ ਉਹ 1,00,000 ਚੱਲੀ ਉਹ ਆ ਯਾਨੀ ਉਹਦੇ ਨਾਲੋਂ ਜ਼ਿਆਦਾ ਸਾਫ਼ ਗੱਡੀ ਆ ਸਾਫ਼ ਆ ਅਤੇ ਜਿਵੇਂ ਹੁਣ ਇੰਜਨ ਵੀ ਇਹਦਾ ਓਵਰਆਲ ਹਾਲੇ ਤੱਕ ਹੋਇਆ ਨਹੀਂ ਸਿਰਫ ਜਿਵੇਂ ਮੈਂ ਤੁਹਾਨੂੰ ਦੱਸਿਆ ਦੇਹਰਾਦੂਨ ਤੋਂ ਲਿੱਤੀ ਸੀਗੀ ਪਹਾੜਾਂ 'ਚ ਚੱਲੀ ਹੋਈ ਸੀਗੀ ਆਪਾਂ ਸਿਰਫ ਕਲੱਚ ਪਲੇਟਾਂ ਬਦਲੀਆਂ ਨੇ ਬਾਕੀ ਸਰਵਿਸਿੰਗ ਟਾਈਮ ਟੂ ਟਾਈਮ ਕਰਾਈ ਹੋਈ ਆ ਉਹਨਾਂ ਦੀ ਸਿਰਫ ਆਪਾਂ ਤੇਲ ਬਦਲਿਆ ਤੇ ਉਹ ਤੋਂ ਬਾਅਦ ਪੈਟਰੋਲ ਪਾਈਦਾ ਬਸ ਇੱਕ ਖਾਸੀਅਤ ਇਹਦੇ 'ਚ ਹੋਰ ਆ ਜਿਵੇਂ ਮੰਨ ਲਓ ਠੰਡ ਦੇ ਵਿੱਚ ਗੱਡੀ ਗਰਮ ਹਵਾ ਲੈਂਦੀ ਹੈ ਇੰਜਣ ਤੋਂ ਆਹਾਂ ਪੈਪ ਲੱਗਿਆ ਹੋਇਆ ਸੀ ਪਹਿਲਾਂ ਆਹਾਂ ਹਾਂ ਹਾਂਜੀ ਇਹ ਆਮ ਗੱਡੀਆਂ ਨੂੰ ਪੈਪ ਨਹੀਂ ਆਉਂਦੇ ਇਹ ਇਕੱਲਾ ਇਹਨੂੰ ਹੀ ਪੈਪ ਆਉਂਦਾ ਸੀਗਾ ਅੱਛਾ ਵੀ ਇੰਜਨ ਨੂੰ ਠੰਡ ਦੇ ਵਿੱਚ ਗਰਮ ਹਵਾ ਜਾਂਦੀ ਹੈ ਐਗਜ਼ੌਸਟ ਤੋਂ ਐਗਜ਼ੌਸਟ ਤੋਂ ਹਾਂਜੀ ਹਾਂਜੀ ਵੀ ਇੰਜਨ ਗਰਮ ਰਹੇ ਠੰਡ 'ਚ ਅੱਛਾ ਗੱਡੀ ਠੰਡੀ ਨਾ ਰਹੇ ਕਿ ਗੱਡੀ ਕੱਲ੍ਹ ਸਟਾਰਟ ਕਰਨੀ ਹੈ ਤਾਂ ਉਹ ਬਾਅਦ 'ਚੋਂ ਈਜ਼ੀਲੀ ਸਟਾਰਟ ਹੋ ਜਾਵੇ ਆਪਾਂ ਕਰਨੀ ਹੈ ਅੱਛਾ ਜਿਵੇਂ ਆਪਾਂ ਚਲਾਉਂਦੇ ਹਾਂ ਗੱਡੀ ਮੂਹਰੋਂ ਹਵਾ ਠੰਡੀ ਲੱਗਦੀ ਹੈ ਵੀ ਹਵਾ ਜਾਂਦੀ ਰਹੇ ਇੰਜਨ ਨੂੰ ਹਵਾ ਇੰਜਨ ਨੂੰ ਜੈਕ ਵੀ ਆਪਣਾ ਇਹਦਾ ਉਰੇ ਹੁੰਦਾ ਹਾਂਜੀ ਜੈਕ ਦੀ ਫਿਟਿੰਗ ਅੱਛਾ ਆਹਾ ਹੈ ਹਾਂਜੀ ਜੈਕ ਦੀ ਫਿਟਿੰਗ ਇਹਦੀ ਇੱਥੇ ਹੁੰਦੀ ਹੈ ਰੀਜਨਲ ਫਿਟਿੰਗ ਇੱਥੇ ਹੈ ਨਾਲ ਇਹਦੀ ਸਟਾਰਟ ਵੀ ਪਈ ਹੈ ਇੱਧਰ ਅੱਛਾ ਇਹ ਫਿੱਟ ਹੋਇਆ ਪਿਆ ਇਸ ਟਾਈਮ ਇਹਦੇ ਵਿੱਚ ਹਾਂਜੀ ਫਿੱਟ ਹੋਇਆ ਹੈ ਇਹ ਖੁੱਲ ਵੀ ਜਾਂਦਾ ਅੱਛਾ ਲੈ ਯਾਰ ਵਾਵਾ ਫੀਚਰ ਨੇ ਇਹਦੇ 'ਚ ਹੈ ਨੋਰਮਲ ਕਾਰਾਂ ਨਾਲ ਇੱਕ ਤਾਂ ਭਾਈ ਆ ਸੀਗਾ ਜਿਵੇਂ ਉਹਦੀ ਗ੍ਰਿਲ ਆ ਹਨਾ ਉਹ ਨੋਰਮਲ ਅੱਜ ਕੱਲ੍ਹ ਸਾਰੀਆਂ ਕਾਰਾਂ ਨੂੰ ਮੋਰੇ ਫਰੰਟ ਗ੍ਰਿਲ ਇੰਨੀ ਕਿਉਂ ਹੀ ਆਉਂਦੀ ਆ ਥੋੜੀ ਆਉਂਦੀ ਹੈ ਤੇ ਵਿੱਕੀ ਉਰੇ ਆ ਕੇ ਦਿਖਾਈ ਜਿਹੜੀ ਇਹਦੀ ਗ੍ਰਿਲ ਆ ਬਾਈ ਇਹ ਕੰਪਲੀਟ ਆ ਇਹ ਹਾਂਜੀ ਕੰਪਲੀਟ ਇੱਕੋ ਹੀ ਗ੍ਰਿਲ ਆ ਹਾਂ ਐਂ ਨਹੀਂ ਹੈਗੀ ਵੀ ਜਿਵੇਂ ਲੈਟਾਂ ਅੱਡ ਹੋ ਗਈਆਂ ਇਹਦੀ ਗ੍ਰਿਲ ਦੇ ਵਿੱਚੇ ਲੈਟਾਂ ਦੀ ਫਿਟਿੰਗ ਹੁੰਦੀ ਹੈ ਡਰ ਜਾਂ ਨਹੀਂ ਲੱਗਦਾ ਕੱਲ ਨੂੰ ਕਿ ਯਾਰ ਇਹਦਾ ਸਮਾਨ ਨਾ ਮਿਲੇ ਹੋਰ ਇੱਕ ਤੂੰ ਨਾ ਸਮਾਨ ਵੀਰੇ ਆਪਾਂ ਜਿਵੇਂ ਕਿਤੋਂ ਦਿਖੀ ਗੱਡੀ ਖੜੀ ਕਿਸੇ ਦੇ ਅੱਛਾ ਆਪਾਂ ਲੈ ਲਈਦਾ ਹੁਣ ਜਿਵੇਂ ਇਹਦੀ ਗ੍ਰਿਲ ਅਸੀਂ ਐਕਸਟਰਾ ਲੈ ਕੇ ਰੱਖੀ ਹੋਈ ਆ ਬਾਈ ਚਾਂਸ ਕੁਝ ਹੋਈ ਹਾਂਜੀ ਤਾਂ ਆਪਾਂ ਚੇਂਜ ਕਰ ਸਕੀਏ ਹਾਂ ਜਿਵੇਂ ਜਿਵੇਂ ਇਹਦੇ ਛੋਟੇ ਛੋਟੇ ਪਾਰਟ ਨੇ ਜਿਵੇਂ ਜਿਵੇਂ ਇੰਡੀਕੇਟਰ ਹੋ ਗਏ ਇਹ ਵੀ ਰੀਜਨਲ ਪਾਏ ਆਪਾਂ ਹਾਂ ਜਿਵੇਂ ਬਾਈ ਤੋਂ ਬਾਅਦ ਉਹ ਦੂਜੇ ਆਏ ਹੋਏ ਨੇ ਨਾ ਜਿੱਥੇ ਕੱਟਿਆ ਲੱਗਾ ਹੁੰਦਾ ਹੈ ਇੱਕ ਚਿੱਟਾ ਇੱਕ ਪਾਰਕਿੰਗ ਵਾਲਾ ਅੱਡ ਇੰਡੀਕੇਟਰ ਅੱਡ ਹਾਂਜੀ ਇਹ ਸਾਰਾ ਇਕੱਠਾ ਹੀ ਹੈ ਲੈ ਵੀ ਸਮਾਨ ਤਾਂ ਭਾਈ ਸਾਰਾ ਗੱਡੀ ਨੂੰ ਓਰੀਜਨਲ ਲੱਗਿਆ ਹੋਇਆ ਆ ਜਿਹੜਾ ਤਾਂ ਬੰਦਾ ਕਲੈਕਟਰ ਆ ਗੌਰ ਨਾਲ ਦੇਖੀ ਜਾਓ ਹਾਂਜੀ ਜਿਹਨੂੰ ਪਤਾ ਮਤਲਬ ਉਹਨਾਂ ਨੂੰ ਪਤਾ ਜਿਵੇਂ ਹੁਣ ਆ ਹੋ ਗਿਆ ਆਪਣੀ ਸ਼ੀਸ਼ੇ ਦੀ ਬੀਡਿੰਗ ਹੋ ਗਈ ਹਾਂ ਜਿਵੇਂ ਆ ਸ਼ੀਸ਼ਾ ਖੁੱਲ ਗਿਆ ਬੀਡਿੰਗ ਦੁਬਾਰਾ ਪੈਣੀ ਨਹੀਂ ਮਤਲਬ ਸ਼ੀਸ਼ਾ ਖੁੱਲਿਆ ਹੀ ਨਹੀਂ ਹੋਇਆ ਗੱਡੀ ਸਾਰੀ ਓਰੀਜਨਲ ਆ ਹੈ ਸਾਰੀ ਬੀਡਿੰਗ ਦੇਖ ਲਓ ਓਰੀਜਨਲ ਆ ਇਹ ਜਿਵੇਂ ਸ਼ੀਸ਼ੇ ਤੇ ਚਰਿੱਟਾ ਜ਼ਰੂਰ ਪੈ ਗਿਆ ਟਾਈਮ ਦੇ ਮੁਤਾਬਕ ਜਿਵੇਂ ਆ ਬੀਡਿੰਗਸ ਹੋ ਗਿਆ ਕਰੋਮ ਪਾਰਟ ਇਹ ਨਾਲ ਦੇ ਨੇ ਸਾਰੇ ਹੈ ਹਾਂ ਇਹ ਵੀ ਨਾਲ ਦੇ ਨੇ ਹਾਂਜੀ ਇਹ ਨਾਲ ਦੇ ਨੇ ਸਾਰੇ ਨਾਲ ਦੇ ਯਾਰ ਆ ਸ਼ੀਸ਼ਾ ਕਦੋਂ ਬਦਲਦਾ ਫੇ ਇਹ ਸ਼ੀਸ਼ਾ ਵੀਰੇ ਬਸ ਜਿਵੇਂ ਆਪਾਂ ਨੂੰ ਇਹਦੇ ਸ਼ੀਸ਼ੇ ਥੋੜੇ ਜਿਹੇ ਉਰੇ ਮਿਲਣ 'ਚ ਪ੍ਰੋਬਲਮ ਆ ਰਹੀ ਸੀਗੀ ਅੱਛਾ ਤੇ ਇੱਕੇ ਦੇ ਇੱਕ ਸ਼ੀਸ਼ਾ ਆਉਂਦਾ ਸੀਗਾ ਉਧਰ ਨਹੀਂ ਆਉਂਦਾ ਉਧਰ ਆਉਂਦਾ ਡਰਾਈਵਰ ਲਵ ਹੀ ਆਉਂਦਾ ਹੈ ਹਾਂ ਹਾਂ ਹਾਂਜੀ ਇਹ ਆਪਾਂ ਟਾਟਾ ਨੈਨੋ ਦੇ ਸ਼ੀਸ਼ੇ ਲਾਏ ਆ ਇਹਨੂੰ ਅੱਛਾ ਉਹ ਲਾਤੇ ਇਹਦੇ ਹਾਂਜੀ ਕਿਉਂਕਿ ਇਹਦੇ ਜਿਹੜੇ ਉਰੇ ਸ਼ੀਸ਼ਿਆਂ ਦੇ ਸਰਾਖ ਹੁੰਦੇ ਆ ਆ ਸਰਾਖ ਹੋਇਆ ਪਿਆ ਬਿਲਕੁਲ ਟਾਕੀ ਜੇ ਹੁੰਦੇ ਨੇ ਹਾਂ ਜਿਵੇਂ ਆਮ ਗੱਡੀਆਂ ਤੋਂ ਉੱਪਰ ਲੱਗਦੇ ਆ ਨਾ ਸ਼ੀਸ਼ੇ ਕੋਲ ਜਿਵੇਂ ਇਹਦੀ ਟਾਕੀ ਤੇ ਫਿਟਿੰਗਸ ਬਿਲਕੁਲ ਸੈੱਟ ਬਹਿ ਰਹੀ ਸੀਗੀ ਹਾਂ ਸਿੱਧੀ ਬੈਂਦੀ ਸੀ ਤਾਂ ਆਪਾਂ ਇਹ ਲਾਤੇ ਸੀਗੀ ਹਾਂਜੀ ਅੱਛਾ ਕਿ ਕੱਲ ਨੂੰ ਬਹੁਤਾ ਨੁਕਸਾਨ ਨਹੀਂ ਗੱਡੀ ਨੂੰ ਤਾਂ ਜੇ ਆਪਾਂ ਕੋਈ ਹੋਰ ਚੀਜ਼ ਚੇਂਜ ਕਰਦੇ ਵੀ ਇਹਦੀ ਹਨਾ ਇੱਕ ਤਾਂ ਭਈ ਆਹ ਸੀਗਾ ਕੋਈ ਇੱਕ ਭਈ ਖੋਲ ਦਈਏ ਹਾਂਜੀ ਹਾਂਜੀ ਇਹਦਾ ਕਿੰਨੇ ਗੇਅਰ ਆ ਇਹਦੇ ਉਹ ਇਹਦੇ 4 ਗੇਅਰ ਨੇ ਜੀ ਤਿੰਨ ਫਰੰਟ ਇੱਕ ਰਿਵਰਸ ਹੈ ਨਹੀਂ ਨਹੀਂ ਹਾਂ
ਐਵਰੇਜ ਜੇ ਆਪਾਂ ਏਸੀ ਲਾਈਏ ਫਿਰ ਤਾਂ ਹੈਗੀ ਆ 15 ਕੁ ਦੀ, ਤੇ ਜਿਵੇਂ ਆਪਾਂ ਹਾਈਵੇ ਤੇ ਜਾਈਏ ਫਿਰ 22 ਦੀ ਵੀ ਦੇ ਦਿੰਦੀ ਆ। ਐਵਰੇਜ ਬਹੁਤ ਹੈ ਇਹਦੀ ਕਿਉਂਕਿ ਜਪਾਨੀ ਇੰਜਨ ਆ ਉਹਦੀ, ਉਹਦੀ ਤਾਂ ਲਾਇਆਂ ਕਰਕੇ ਤੁਸੀਂ ਲਾ ਲਓ 10-12 ਦੀ ਐਵਰੇਜ ਆ। ਜੇ ਏਸੀ ਲਾ ਲਈ ਉਹ ਵੀ ਗਿਰ ਜਾਂਦੀ ਆ, 8 ਦੀ ਆ ਜਾਂਦੀ ਆ। ਅੱਛਾ, ਸਕਾਰਪੀਓ ਦਾ ਪਰਛਾਵਾਂ ਪੈ ਗਿਆ ਭਾਈ ਨਾਲ ਕਰਕੇ ਪੈ ਗਿਆ। ਹਾਂਜੀ, ਅੱਛਾ ਇੱਕ ਤਾਂ ਭਾਈ ਇਹਦਾ ਅੰਦਰੋਂ ਸਮਾਨ ਸਮੂਨ ਸਾਰੇ ਇਹਦੇ ਲਾ ਲਾ ਹੁਣ ਤੇ ਭਾਈ ਉਹ ਦੇਖੋ ਤੁਸੀਂ ਮੀਟਰ ਦੇਖ ਸਕਦੇ ਹੋ ਜਿਵੇਂ ਮੇਡ ਇਨ ਜਪਾਨ ਲਿਖਿਆ ਹੋਇਆ ਉਹਦੇ ਨੀਚੇ ਲਿਖਿਆ ਹੋਊਗਾ ਤੁਹਾਨੂੰ। ਅੱਛਾ ਇੱਥੋਂ ਦੀਦਾ ਉਹ ਮੇਡ ਇਨ ਜਪਾਨ ਲਿਖਿਆ ਹੋਇਆ ਛੋਟਾ ਛੋਟਾ ਹੈ ਉਹ ਰੀਡਿੰਗ ਦੇ ਨੀਚੇ ਲਿਖਿਆ ਹੋਇਆ। ਉਹ ਜ਼ੂਮ ਕਰਕੇ ਤੂੰ ਜਾਂ ਤਾਂ ਹੁਣ ਦੇਖ ਲੈ ਸੋਹਣਿਆ, ਜਾਂ ਤੈਨੂੰ ਬਾਅਦ ਚੋਂ ਦੇਖਣਾ ਕਿ ਉਹ ਥੱਲੇ ਮੇਡ ਇਨ ਜਪਾਨ ਲਿਖਿਆ ਹੋਇਆ ਉਹਦੇ ਆਉਂ ਦੇਖ। ਹਾਂ ਜੇ ਮਤਲਬ ਬਈ ਆ ਵੀ ਸਮਾਨ ਸਾਰਾ ਜਿਹੜਾ ਸੀਟਾਂ ਸੂਟਾਂ ਦੇ ਕਵਾ ਸਾਈਡ ਵਾਲੇ ਹੋ ਗਏ ਆਪਣੇ, ਹਾਂ ਗੱਤੇ ਹੋ ਗਿਆ ਇਹ ਨਾਲ ਦੇ ਨੇ, ਇਹਨਾਂ ਨਾਲ ਦੇ ਨੇ, ਅੰਦਰਲਾ ਰੰਗ ਸਾਰਾ ਟੋਟਲੀ ਓਰੀਜਨਲ ਆ ਗੱਡੀ ਦਾ ਬਈ। ਜੰਗ ਜੋ ਕਿ ਕਿਤੋਂ ਨਹੀਂ ਆ ਗੱਡੀ ਦਾ ਡੀਲ ਹੈ। ਆ ਰਬੜਾਂ ਦੇਖ ਲਓ ਤੁਸੀਂ ਓਰੀਜਨਲ ਨੇ, ਬਾਅਦ ਚ ਨਹੀਂ ਪਾਈਆਂ ਹੋਈਆਂ, ਬਾਅਦ ਚ ਨਹੀਂ ਪਾਈਆਂ, ਪਰ ਐ ਇਹ ਅਰੇਂਜ ਕਰਕੇ ਰੱਖਣੀਆਂ ਪੈਣੀਆਂ ਜੇ ਲੋੜ ਆ, ਜੇ ਸਾਮ ਰੱਖੀਏ ਫਿਰ ਤਾਂ ਲੋੜ ਹੈ ਨਹੀਂਗੀ। ਹਾਂ ਹਾਂਜੀ, ਦੇ ਆ ਸੀਟ ਬੈਲਟ ਇਹਨੂੰ ਪਿੱਛੇ ਆਉਂਦੀਆਂ ਸੀ ਕੰਪਨੀ, ਸੀਟ ਬੈਲਟ ਵੀ ਇਹਨੂੰ ਆਉਂਦੀ ਨਹੀਂ ਸੀਗੀ, ਨਹੀਂ ਆਉਂਦੀ ਸੀ। ਹਾਂ ਮਤਲਬ ਇਹ 85 ਮਾਡਲ ਹੈ, ਇਹਨੂੰ ਆਈ ਨਹੀਂ ਸੀਗੀ ਸੀਟ ਬੈਲਟ, ਇਹ ਅਸੀਂ ਬਾਅਦ ਚ ਲਾਈ ਆ। ਅੱਛਾ, ਉਹ ਜਿਵੇਂ ਪੁਰਾਣੇ ਟਾਈਮਾਂ 'ਚ ਦੋਈਆਂ ਆਉਂਦੀਆਂ ਹੁੰਦੀਆਂ ਸੀਗੀਆਂ, ਜਿਵੇਂ ਆਪਣੇ ਸਕੂਲ ਵਾਲੇ ਬੈਗ ਨਹੀਂ ਸੀ ਹੁੰਦੇ ਖਿੱਚਣ ਵਾਲੇ ਪੰਦਰੀ ਵਾਲੇ, ਹਾਂਜੀ ਉਹ ਟਾਈਪ ਦੀਆਂ ਹੁੰਦੀਆਂ ਸੀ, ਇਹਨੂੰ ਬੱਕਲ ਵਾਲੀਆਂ ਹੈ ਚਾਬੀ ਤੋਂ ਵੀ ਖੁੱਲ ਜਾਂਦਾ ਤੇ ਅੰਦਰ ਸਵਿਚ ਵੀ ਆ, ਇੱਧਰ ਜਿਵੇਂ ਆਪਣੇ ਆਮ ਗੱਡੀ ਡਿੱਗੀ ਖੁੱਲਦੀ ਆ ਜਾਂ ਪੈਟਰੋਲ ਵਾਲਾ ਟੈਂਕ ਹੁੰਦਾ। ਅੱਛਾ, ਆ ਇੱਥੇ ਲੱਗੀ ਹੋਈ ਹੈ ਜੀ ਸੁੱਚ ਆਹ। ਅੱਛਾ, ਸ਼ੀਸ਼ਾ ਖੁੱਲ ਗਿਆ? ਖੁੱਲ ਗਿਆ। ਹਾਂਜੀ, ਚੱਕਣਾ ਇਹਦੇ ਬਸ? ਹਾਂਜੀ ਹਾਂਜੀ, ਬਸ ਸ਼ੀਸ਼ਾ ਖੁੱਲ ਗਿਆ। ਅੱਛਾ, ਸ਼ੌਕਰ ਵੀ ਲੱਗਿਆ ਹੋਇਆ। ਹਾਂਜੀ, ਬਸ ਇਹ ਦੀ ਡਿੱਗੀ ਆ ਇਹ। ਇਹਦੇ 'ਚ ਵੀ ਬੂਫਰ ਰੱਖਤਾ? ਹਾਂਜੀ, ਇਹਦੇ 'ਚ ਵੀ 2 ਐਂਪ ਲੱਗੇ। ਬੈਟਰੀ ਸਾਈਜ਼ ਵੱਡਾ ਕਰਨਾ ਪਿਆ ਪਿਆ ਇਹਨੂੰ ਕਿ ਨਹੀਂ? ਨਹੀਂ, ਇਹਦੇ 'ਚ ਨੋਰਮਲ ਰੱਖਿਆ ਜੀ। ਆਹਾ, ਯੂਜ਼ ਘੱਟ ਕਰਦੇ ਇਹਨੂੰ ਕਦੇ ਕਦੇ ਗੱਡੀ ਦੇ ਸ਼ੌਂਕ ਨੂੰ ਬਸ। ਅੱਛਾ, ਤੇ ਬਾਈ ਅੱਛਾ ਆਹ ਥੱਲੇ ਵਾਲਾ ਪਾਰਟ ਜਮਾ ਹੀ ਨਹੀਂ ਖੁੱਲਦਾ? ਨਾ ਨਾ ਨਾ, ਇਕੱਲਾ ਸ਼ੀਸ਼ਾ ਹੀ ਖੁੱਲਣਾ ਇਹਦਾ। ਫਿਰ ਇਹਦੀ ਸਟੱਪਣੀ ਕਿੱਥੇ ਆ? ਸਟੱਪਣੀ ਨੀਚੇ ਇਹਦੇ, ਇਹ ਸੀਟ ਅੱਗੇ ਫੋਲਡ ਕਰਕੇ। ਅੱਛਾ, ਫਿਰ ਨੀਚੋਂ ਜੀ ਚੱਕਣੀ ਪੈਂਦੀ। ਅੱਛਾ, ਉਹ ਫੋਲਡ ਕਰਾਂਗੇ ਫਿਰ ਉਹਦੇ ਥੱਲੇ ਉਹ ਚੱਕਾਂਗੇ, ਬੂਫਰ ਕੱਢਣਾ ਪੈਣਾ। ਹਾਂਜੀ ਹੈ। ਅੱਛਾ ਬਾਈ ਆ ਜਿਹੜਾ ਸ਼ੀਸ਼ਾ ਆ ਜਿਹੜਾ ਆਹ ਇਹਦੇ ਨਾਲ ਆਹ ਲੱਗਿਆ ਹੋਇਆ ਹਾਈਡ੍ਰੋਲਿਕ, ਇਹ ਤਾਂ ਇਹ ਨਾਲ ਦਾ ਹੀ ਆ ਕਿ ਬਾਅਦ ਚੇਂਜ? ਨਵਾਂ ਲਾਇਆ ਜੀ ਇਹ, ਬਾਅਦ ਚੇਂਜ ਕਰਾਉਣਾ ਪਿਆ ਹਨਾ। ਇਹ ਤਾਂ ਚਲੋ ਟਾਈਮ ਦੇ ਹਿਸਾਬ ਨਾਲ ਉਹ ਹੋ ਗਿਆ ਸੀ, ਲੀਕ ਹੋ ਜਾਂਦੇ ਹੁੰਦੇ ਨੇ ਇਹ ਪਾ ਕੇ ਸ਼ੀਸ਼ਾ। ਜੇ ਮੰਨ ਲਓ ਬਾਈ ਚਾਂਸ ਇਹਨੂੰ ਕੋਈ ਪ੍ਰੋਬਲਮ ਪੈ ਜੇ ਇਹ ਚੇਂਜ ਹੋ ਜੂ ਲੱਭ ਜੂ? ਹਾਂਜੀ, ਜਿਵੇਂ ਮਿਲ ਵੀ ਜਾਂਦਾ ਆਪਣਾ ਕੇਰਲਾ ਸਾਈਡ ਮਿਲ ਜਾਂਦਾ ਹੁੰਦੀਆਂ ਤਾਂ ਮਿਲ ਸਕਦਾ। ਹਾਂਜੀ, ਵੈਸੇ ਬਾਈ ਇੰਨੀ ਕੁ ਸਾਫ਼ ਹਾਲਤ ਦੀ ਮਰੂਤੀ ਸੌਂ ਕਾ ਕੇ ਦੱਸਿਓ ਹੁਣ ਤੇ ਕਿਹਦੇ ਘਰੇ ਖੜੀ ਦੇਖੀ ਆ? ਨਹੀਂ ਵੀਰੇ ਆਪਾਂ ਨਹੀਂ ਦੇਖੀ ਇਹਦੇ ਨਾਲ ਦੀ, ਖੰਨੇ 'ਚ ਵੀਰੇ ਆਪਣੀ ਸਾਫ਼ ਨੇ, ਇਹ ਲਾ ਲਓ ਸਾਫ਼ ਤੁਸੀਂ। ਅੱਛਾ, ਹਾਂਜੀ ਮੈਂ ਖੰਨੇ 'ਚ ਸਾਰਿਆਂ ਨੂੰ ਪਤਾ ਭਾਈ ਲਾਲ ਮਰੂਤੀ ਵਾਲੇ ਕੌਣ? ਹਾਂਜੀ ਹਾਂਜੀ, ਹੈ ਤੁਹਾਨੂੰ ਆਪ ਹੀ ਛੱਡਣਗੇ ਉੱਥੇ। ਅੱਛਾ, ਜਿਵੇਂ ਲਾਈਟਾਂ ਵੀ ਇਹਦੀ ਓਰੀਜਨਲ ਪਾਈਆਂ ਨੇ ਆਪਾਂ, ਅਲਫਾ ਟੋਏ ਵਾਲਾ ਲਿਖਿਆ ਵੀ ਹੋਇਆ ਜੀ, ਅਲਫਾ ਟੋਏ ਦੀਆਂ ਲਾਈਟਾਂ ਹੈ। ਹਾਂ ਲੈ ਭਾਈ, ਤੇ ਪਿਛਲਾ ਬੰਪਰ ਵੀ ਨਾਲ ਦਾ? ਬੰਪਰ ਨਾਲ ਦਾ, ਹਾਂਜੀ ਇਹ ਵੀ ਲੋਹੇ ਦਾ ਹੀ ਹੈ ਜੀ। ਹਾਂਜੀ, ਇਹ ਵੀ ਲੋਹੇ ਦਾ ਹੈ। ਹਾਂਜੀ ਹਾਂਜੀ, ਬਾਈ ਟੈਂਕੀ ਫੁੱਲ ਕਰਨੇ 'ਚ ਹੁੰਦੀ ਇਹ ਵੀ? ਉਦੋਂ ਇਹ ਵੀਰੇ 27-28 ਲੀਟਰ ਦੀ ਟੈਂਕੀ ਹੁੰਦੀ ਹੈ ਜੀ, 2700 'ਚ ਫੁੱਲ 2700 'ਚ ਫੁੱਲ ਹੋ ਜਾਂਦੀ ਹੈ। ਬਾਈ ਦੂਰ ਦੂਰ ਕਿੱਥੇ ਤਾਈਂ ਲੈ ਕੇ ਗਏ ਉਹਨੂੰ? ਦੂਰ ਇਹਨੂੰ ਤੁਸੀਂ ਲਾ ਲਓ, ਅਸੀਂ ਲੇਹ ਤੱਕ ਜਾਏ ਇਹਦੇ 'ਚ, ਹੁਣੀ ਜਾ ਕੇ ਆਇਆ ਰੀਸੈਂਟ ਜਾਂਦੀਆਂ ਨੇ ਉੱਥੇ, ਬਸ ਦੇਖ ਲਓ ਹੁਣੇ ਅਕਤੂਬਰ 'ਚ ਜਾ ਕੇ ਆਇਆ। ਹਾਂਜੀ, ਅੱਛਾ ਹੁਣੇ ਜਾ ਕੇ ਉੱਥੇ ਵੀ ਲੋਕ ਦੇਖਦੇ ਸੀ ਵੀ ਇੰਨਾ ਪੁਰਾਣਾ ਮਾਡਲ ਗੱਡੀ ਕਿੱਥੋਂ ਆ ਗਈ। ਹਾਂ
ਬੱਚੇ ਸੀਗੇ ਕਹਿੰਦੇ ਤੁਹਾਨੂੰ ਕੋਈ ਰਸਤੇ 'ਚ ਤਕਲੀਫ ਤਾਂ ਨਹੀਂ ਆਈ ਕੋਈ? ਮੈਂ ਉਹੀ ਪੁੱਛਣ ਲੱਗਾ ਮੈਂ ਕਿ ਇਹ ਸਾਹ ਸੂਹ ਤਾਂ ਨਹੀਂ ਮੰਗਦੇ? ਨਾ ਨਾ ਇਹੀ ਗੱਲ ਹੋਈ ਅਸੀਂ ਅਟਲ ਟਨਲ 'ਤੇ ਚੈਕਿੰਗ ਨਹੀਂ ਹੁੰਦੀ, ਉੱਥੇ ਇਹਦੀ ਚੈਕਿੰਗ ਤਾਂ ਕੀਤੀ ਨਹੀਂ ਅਗਲੇ ਨੇ, ਪਹਿਲਾਂ ਆਹੀ ਦੇਖਦੇ ਰਹੇ ਵੀ ਕਿਹੜੀ ਸ਼ਹਿਰ ਆਉਂਦੀ ਹੈ ਇਹ, ਅਤੇ ਬਾਅਦ 'ਚ ਬੰਦੇ ਨੇ ਆਪਾਂ ਨੂੰ ਪੁਲਿਸ ਔਫਿਸਰ ਨੇ ਇਹੀ ਪੁੱਛਿਆ ਵੀ ਗੱਡੀ ਗਰਮ ਨਹੀਂ ਹੋਈ ਤੁਹਾਡੀ ਉਰੇ ਤੱਕ ਆ ਗਏ, ਆਪਾਂ ਗਏ ਹਾਂ ਰਸਤੇ 'ਚ ਬੋਨਣ ਨਹੀਂ ਚੁੱਕਿਆ, ਸਾਹ ਔਖਾ ਆਉਂਦਾ ਉੱਥੇ ਜਾ ਕੇ। ਹਾਂਜੀ, ਪਰ ਇਹੀ ਖਾਸੀਅਤ ਆ ਜਪਾਨੀ ਇੰਜਣਾਂ ਦੀ ਇਹਨਾਂ ਦੀ। ਹਾਂ, ਨਾਲੇ ਦੇਖ ਲਓ ਓਵਰਆਲ ਨਹੀਂ ਹੋਇਆ, 1,40,000 ਚੱਲੀ ਹੋਈ ਆ। ਅੱਛਾ, ਹਾਂਜੀ, ਇਹਦਾ ਮੁੱਲ ਕਿੰਨਾ ਕੁ ਲੱਗ ਚੁੱਕਾ ਹੁਣ ਤਾਈ ਭਾਈ? ਇਹਦਾ ਤਾਂ ਵੀਰੇ ਕੋਈ ਮੁੱਲ ਨੀਗਾ, ਮੂੰਹ ਮੰਗਿਆ ਮੁੱਲ ਆ ਇਹਦਾ, ਜਿਹਨੂੰ ਪਤਾ। ਜਿਵੇਂ ਆਮ ਬੰਦੇ ਨੇ ਕਹਿ ਦੇਣਾ ਯਾਰ ਇੰਨੇ ਪੈਸੇ ਲਾ ਦੇ ਮਰੂਤੀ ਦੇ, ਜਾਂ ਉਹਨੇ ਕਿਹੜਾ ਯਾਰ ਤਾਂ ਪੁਰਾਣੀ ਮਰੂਤੀ, ਪੁਰਾਣੀ ਮਰੂਤੀ ਆ ਇਹ ਤਾਂ ਯਾਰ ਇੰਨੇ ਕੁ ਦੀ ਮਿਲ ਜਾਂਦੀ ਆ। ਹਾਂਜੀ, ਜਾਂ ਅਗਲਾ ਕਹਿੰਦਾ ਇੰਨੇ ਦੀ ਮਿਲਦੀ ਆ, ਜੇ ਬਾਕੀ ਭਾਈ ਇੱਦਾਂ ਦੀ ਲੱਭਣੀ ਹੋਵੇ ਤਾਂ ਕਿੰਨੇ 'ਚ ਮਿਲ ਜੂ? ਇੱਦਾਂ ਦੀ ਵੀਰੇ ਵੈਸੇ ਤਾਂ ਮੇਰੇ ਹਿਸਾਬ ਨਾਲ ਇੰਨੀ ਸੋਹਣੀ ਤਿਆਰ ਹੋਈ ਹੋਣੀ ਨੀਗੀ, ਜੇ ਕਿਸੇ ਕੋਲ ਹੈਗੀ ਵੀ ਆ। ਫਿਰ ਜਿਵੇਂ ਹੁਣ ਸਾਡਾ ਇਹਦੇ 3,00,000 ਤੱਕ ਲੱਗ ਗਿਆ, ਤਾਂ ਉਹੀ 3-4 ਤੱਕ ਅਗਲਾ ਮੰਗੂਗਾ ਹੀ ਇਹਦਾ, 4,00,000 ਰੁਪਏ ਮੰਗਿਆ ਪਿਆ ਹੈ। ਹਾਂਜੀ ਹਾਂ, ਤੇ ਬਾਕੀ ਮੂਹਰੇ ਲੈਣ ਵਾਲਾ ਬੰਦਾ ਭਾਈ ਕਿੰਨਾ ਲੈਣ ਵਾਲਾ ਚਾਹੀਦਾ, ਕਿ ਉਹ ਅੜੀ ਵਾਲਾ ਬੰਦਾ ਚਾਹੀਦਾ ਭਾਈ, ਫੇ ਵਿਕਦੀ ਆ ਇਹ। ਹਾਂ ਲੈ ਭਾਈ, ਫਿਰ ਆਪਾਂ ਤਾਂ ਹੀ ਆ ਲਿਖਵਾਇਆ ਵੀ ਸੀਗਾ ਵਿੰਟੇਜ ਕਲੈਕਸ਼ਨ ਜਪਾਨ ਜਪਾਨ ਹੈ। ਹਾਂ ਭਾਈ ਯਾਰ ਇਹਦਾ ਝੂਟਾ ਹੀ ਦੇ ਦਿਓ ਯਾਰ, ਇੱਕ ਹੈ ਝੂਟਾ ਵੀਰੇ ਜ਼ਰੂਰ ਲਓ ਤੁਸੀਂ, ਵਿਕੀ ਡਰਾਈਵ ਚਲਾਓ ਵੀਰੇ, ਮੈਂ ਚਲਾਵਾਂ? ਹਾਂਜੀ ਹਾਂਜੀ, ਆ ਜਾਓ ਬੈਠੋ ਹੈ ਭਾਈ, ਇਹਦਾ ਬੰਦ ਬੁੰਦ ਜੇ ਕਰ ਲਓ ਸਾਰਾ ਜਗਾੜ ਜਾ। ਹਾਂਜੀ, ਇਹ ਬਸ ਐਂ ਹੀ ਹੋ ਜਾਣਾ ਇਹ ਬਸ। ਹਾਂਜੀ ਲੈ ਯਾਰ ਯਾਰ। ਅੱਛਾ, ਇਹਦੇ ਸ਼ੀਸ਼ੇ ਟਿੰਟਡ ਤਾਂ ਨਹੀਂ ਆਉਂਦੇ ਸੀ ਕੰਪਨੀ ਤੋਂ? ਨਹੀਂ, ਹਾਂਜੀ ਇਹਦੇ ਟਿੰਟਡ ਨਹੀਂ ਆਉਂਦੇ ਸੀ। ਹਾਂ, ਇਹਦੇ ਜਿਵੇਂ ਆਪਣੇ ਪੁਰਾਣੇ ਟਾਈਮਾਂ 'ਚ ਫਿਲਮ ਹੋਈ ਹੁੰਦੀ ਸੀ ਬਲਿਊ ਜੀ, ਉਹ ਕਰਾ ਦਿੰਦੇ ਸੀਗੇ ਏਸੀ ਮਾਡਲਾਂ 'ਚ। ਬੈਠੋ ਬਾਈ, ਵਿੱਕੀ ਬਹਿ ਸੋਹਣੇ ਆ ਮਗਰ, ਹੈ ਚਾਬੀ ਵਿੱਚ ਹੀ ਆ। ਹਾਂਜੀ ਹਾਂਜੀ, ਵਾਹਿਗੁਰੂ ਕਰਾਂ ਸੀਟ ਕਾਹ ਨੂੰ ਸੋਹਣੇ ਆ। ਅੱਛਾ, ਇਹਦੀ ਸੀਟ ਕਿਵੇਂ? ਇੱਧਰੋਂ ਜੀ, ਪਰਲੀ ਸਾਈਡ, ਪਰਲੀ ਸਾਈਡ। ਅੱਛਾ ਠੀਕ ਆ, ਰਾਤ ਨੂੰ ਬਹੁਤ ਵਧੀਆ ਫੀਲਿੰਗ ਆਉਂਦੀ ਹੈ। ਬਾਲੀ ਸਿਰਾ ਚੀ ਆ ਯਾਰ ਬਾਈ, ਜੇ ਆਪਾਂ ਗੱਡੀ ਚ ਨਾ ਪੈਂਦੇ ਫੇਰ ਤਾਂ ਤੁਹਾਨੂੰ ਪਤਾ ਵੀ ਲੱਗਣਾ ਸੀ ਬਾਈ, ਗੱਡੀ ਚ ਆਹ ਫੀਚਰ ਵੀ ਹੈਗਾ। ਮਤਲਬ ਭਾਈ ਐ ਜਿੰਨਾ ਕਹਿੰਦਾ ਸੱਚੀ ਦੱਸਾਂ ਵੀਰੇ, ਜਿਵੇਂ ਆਪਾਂ ਹੁਣ ਤਾਈ ਮੈਂ ਗੱਡੀਆਂ ਦੇ ਕਲੈਕਟਰਾਂ ਨੂੰ ਮਿਲਦਾ। ਹਾਂਜੀ ਹਾਂਜੀ, ਇਹ ਸਭ ਤੋਂ ਛੋਟੀ ਉਮਰ ਵਾਲੇ ਕਲੈਕਟਰ ਨੇ। ਹਾਂਜੀ ਹਾਂਜੀ, ਜਿਨ੍ਹਾਂ ਨੂੰ ਵਾਕਈ ਗੱਡੀ ਤੋਂ ਪਤਾ ਕਿ ਹਾਂ ਕਿ ਗੱਡੀ ਕੀ ਮੰਗਦੀ, ਕੁਝ ਓਵਰ ਨਹੀਂ ਲਾਉਣਾ, ਕੁਝ ਫਾਲਤੂ ਨਹੀਂ ਲਾਉਣਾ, ਆਪਾਂ ਜੈਨੂਇਨ ਸਾਰਾ ਕੰਮ ਜੈਨੂਇਨ ਰੱਖਿਆ, ਫਿਟਿੰਗ ਵੀ ਬੰਦੇ ਨੂੰ ਓਵਰ ਨਾ ਲੱਗੇ ਦੇਖਣ ਚ। ਸਟੀਅਰਿੰਗ ਵੀ ਦੇਖ ਲਓ ਓਰੀਜਨਲ ਆਇਆ ਹੈ ਵੀ ਬੰਦੇ ਨੇ ਗੱਡੀ ਸਾਹਮ ਨਾਲ ਰੱਖੀ ਹੈ। ਕੁਝ ਆਇਆ ਥੋੜੀ ਬਹੁਤ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਵੀ ਸਾਂਭਣੀਆਂ ਚਾਹੀਦੀਆਂ ਨੇ, ਤੇ ਬ੍ਰੇਕਾਂ ਬਰੂਕਾਂ ਸਭ ਕੁਝ ਇਹਦੀਆਂ ਨੋਰਮਲ ਨੇ, ਸਾਰੀਆਂ ਨੋਰਮਲ ਹਨ। ਤੇ ਗੇਅਰ 4 ਇਹਦੇ ਗਾਂ ਨੂੰ? ਹਾਂਜੀ, ਪੰਜਵਾਂ ਰਿਵਰਸ, ਪੰਜਵਾਂ ਰਿਵਰਸ ਹੈ। ਹਾਂਜੀ ਹਾਂਜੀ, ਹੁਣ ਤੁਸੀਂ ਸਟਾਰਟ ਕੀਤੀ ਸੀਗੀ, ਦੇਖ ਲਓ ਕਿੰਨੀ ਕੁ ਸੈਲਫ ਲਿੱਤੀ ਹੈ ਗੱਡੀ ਨੇ। ਮੈਨੂੰ ਪਤਾ ਨਹੀਂ ਲੱਗਿਆ ਕਦੋਂ ਸਟਾਰਟ ਹੋ ਗਈ, ਬਸ ਇਹੀ ਖਾਸੀਅਤ ਹੈ ਜੀ, ਪਤਾ ਨਹੀਂ ਲੱਗਾ ਕਦੋਂ ਸਟਾਰਟ ਹੋ ਗਈ, ਮਤਲਬ ਗੱਡੀ ਨੇ ਦੱਸਿਆ ਨਹੀਂ ਕਿ ਮੈਂ ਸਟਾਰਟ ਹੋਈ ਹਾਂ। ਆਪਾਂ ਬ੍ਰਾਂਡ ਨੂੰ ਕਾਰ ਕਢਾਉਂਦੇ ਆ, ਫੀਲ ਸਾਡੀ ਉਹ ਹੀ ਹੈ ਜਿਵੇਂ ਪੂਰੀ ਇਹਦੀ ਹੈ ਗੱਡੀ ਦੀ। ਵੈਸੇ ਭਾਈ ਇਹ ਗੱਡੀ ਦੇ ਪੇਪਰ ਪੂਪਰ ਪਾਸ ਰਹੇ ਹੁਣ ਪ੍ਰੋਪਰ? ਹਾਂਜੀ ਵੀਰੇ ਪਾਸ ਹੈ ਇਹ, 28 ਤੱਕ ਪਾਸ ਹੈ ਵੀਰੇ ਆਪਣੀ, 28 ਤੱਕ ਪਾਸ ਆ। ਵੈਸੇ ਭਾਈ ਜਿਹੜਾ ਬੰਦਾ ਪੁਰਾਣੀ ਗੱਡੀ ਲੈਂਦਾ ਬੰਦਾ ਪਹਿਲਾਂ ਇਸੇ ਗੱਲੋਂ ਡਰਦਾ ਹੁੰਦਾ ਯਾਰ, ਖੋਰੇ ਦੀ ਪਾਸਿੰਗ ਹੋਊਗੀ, ਖੋਰੇ ਦੇ ਪੇਪਰ ਨਿਊ ਹੋਣਗੇ, ਖੋਰੇ ਨਾ ਹੋਣਗੇ। ਨਹੀਂ ਵੀਰੇ ਹੋ ਤਾਂ ਜਾਂਦੇ ਆ, ਮਤਲਬ ਟੈਕਸ ਪੈਂਦਾ ਜਿਹੜਾ ਆਪਣਾ, ਉਹ ਭਰ ਕੇ ਗੱਡੀ ਰਿਨਿਊ ਹੋ ਜਾਂਦੀ ਆ ਆਪਣੀ। ਭਾਈ ਜੇ ਤਾਂ ਇਹਦੇ ਨਾਲ ਦੀ ਮਰੂਤੀ ਤੁਹਾਨੂੰ ਕੋਈ ਹੋਰ ਮਿਲਦੀ ਹੋਵੇ ਲੈ ਲੂੰਗੇ, ਲੈ ਲਾਂਗੇ ਸ਼ੌਂਕ ਦੀ ਆਪਾਂ ਕਲੈਕਸ਼ਨ ਵਿੰਟੇਜ ਦੀ ਸੋਹਣੀ ਲੱਗਦੀ ਆ। ਵੈਸੇ ਭਾਈ ਹੋਰ ਕਿਹੜੀ ਗੱਡੀ ਦਾ ਸ਼ੌਂਕ ਆ ਲੱਗਦਾ ਯਾਰ, ਕਿ ਆਹ ਗੱਡੀ ਲੈਣੀ ਬਣਦੀ ਹੈਗੀ ਆ, ਜੇ ਸੁਪਨਾ ਹੈਗਾ ਯਾਰ ਕਿ ਪੁਰਾਣੀ ਗੱਡੀ ਹੋਵੇ ਪਰ ਆਹ ਖੜੀ ਹੋਵੇ ਘਰੇ ਪੁਰਾਣੀ ਵੀਰੇ। ਹੁਣ ਆਪਣੀ ਜਿਹੜੀ ਪਲਾਨ ਵੀ ਹੈਗਾ ਮਤਲਬ ਲੈਣ ਦਾ, ਜੋ ਆਪਣਾ ਡ੍ਰੀਮ ਆ ਅਗਲਾ, ਉਹ ਹੈਗਾ ਵੀ W124 ਲੈਣੀ ਆ ਮਰਸੀਡੀਜ਼।
ਮਰਸੀਡੀਜ਼ W124 W124 ਉਹਦੇ ਚ ਇਹੋ ਜਿਹਾ ਕੀ ਆ? ਉਹ ਵੀ ਵੀਰੇ ਵਿੰਟੇਜ ਹੀ ਆ, ਕਲਾਸਿਕ ਕਾਰ ਆ ਜਿਵੇਂ ਮਰਸੀਡੀਜ਼ ਦੀ। ਤੇ ਜੇ ਮੰਨ ਲਓ ਭਾਈ ਉਹ ਮਿਲਦੀ ਹੋਵੇ, ਜਿਹੜਾ ਵੀ ਬੰਦਾ ਆਪਣੀ ਵੀਡੀਓ ਦੇਖਦਾ, ਜੇ ਤਾਂ ਕਿਸੇ ਕੋਲੇ ਖੜੀ ਆ ਰਿਜ਼ਲਟ, ਆਈਡੀ ਸਕਰੀਨ ਤੇ ਦੋਨਾਂ ਭਰਾਵਾਂ ਦੀ ਦੇਖਦੀ ਆ ਭਾਈ, ਮੈਸੇਜ ਕਰ ਲਓ ਜਿਹਨੇ ਦੇਖ ਲਿਆ ਉਹਨਾਂ ਨਾਲ ਗੱਲ ਕਰ ਲਿਓ। ਪਰ ਗੱਡੀ ਆਪਾਂ ਨੂੰ ਚਾਹੀਦੀ ਰੀਜਨਲ ਵੀਰੇ, ਹਾਂ ਐਂ ਨਹੀਂ ਵੀ ਗੱਡੀ ਚਲੋ ਪੇਂਟ ਹੋਈ ਹੋਵੇ, ਮਤਲਬ ਗੱਡੀ ਰੀਜਨਲ ਹੋਵੇ, ਕੋਈ ਉਹ ਨਾ ਹੋਵੇ ਵੀ ਸਾਰੀ ਤਿਆਰ ਹੋਈ ਹੋਈ ਹੈ, ਇਹ ਚੱਕਰ ਨਾ ਹੋਵੇ। ਹਾਂ ਲੈ ਭਾਈ ਯਾਰ, ਗੱਡੀ ਚਲਾਉਣ ਦਾ ਐਂ ਸਵਾਦ ਆ ਕਿ ਜੇ ਮੈਂ ਬਈ ਇੱਥੋਂ ਚਲਾ ਕੇ ਗੱਡੀ ਹਿਆਰਪੁਰ ਤਾਂ ਹੀ ਲੈ ਜਾਂ, ਆ ਚਲਦੀ ਵਰਕਿੰਗ ਆ ਉਹਦਾ? ਹਾਂਜੀ ਸਾਰਾ ਵਰਕਿੰਗ ਹੈ। ਹੁਣ ਏਸੀ ਲਾ ਕੇ ਦੇਖੋ ਤੁਸੀਂ, ਇਹਦਾ ਬਲੋਰ ਲਾਓ ਤਾਂ ਫਲੋ ਹੀ ਬਹੁਤ ਤੇਜ਼ ਆ ਹਵਾ ਦਾ। ਓਏ ਆਪਣੇ ਨਾਲ ਜ਼ਿਆਦਾ ਵੀ ਤੇਜ਼ ਆ ਹੈ, ਇਹਦੀ ਖਾਸੀਅਤ ਹੈਗੀ। ਹਾਂਜੀ ਹਾਂ ਵੀ ਚੋਕ ਲੱਗੀ ਹੋਈ ਆ, ਦੋ ਵਾਰ ਆਪਾਂ ਰੇਸ ਦਾ ਪੈਡਲ ਮਾਰਨਾ, ਦੋ ਵਾਰ ਮਾਰਨਾ, ਮਾੜੀ ਚੋਕ ਖਿੱਚਣੀ ਆ। ਜਿਵੇਂ ਹੁਣ ਸਟਾਰਟ ਹੋਈ ਆ, ਸਟਾਰਟ ਇਹੀ ਹੋਊਗੀ, ਸਟਾਰਟਿੰਗ ਐਵੇਂ ਹੋਊਗੀ ਇਹਦੀ। ਤੁਸੀਂ ਚਾਹੇ ਸਟਾਰਟ ਕਰਕੇ ਦਿਖਾ ਸਕਦੇ ਹੋ ਦਰਸ਼ਕਾਂ ਨੂੰ। ਅੱਛਾ ਸਟਾਰਟਿੰਗ ਬਹੁਤ ਵਧੀਆ ਗੱਡੀ ਦੀ ਹੈਗੀ, ਸਟਾਰਟਿੰਗ ਬਾਈਕ ਸਾਡੇ ਬੰਦੇ ਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਦੋਂ ਸਟਾਰਟ ਹੋ ਗਈ ਇਹ। ਬਸ ਬਾਈ ਨੇ ਜੀ ਸਟਾਰਟ ਹੈ ਜੀ। ਉਹ ਮੇਰੀ ਨਵੀਂ ਗੱਡੀ ਖੜੀ ਆ ਭਾਈ, ਪਿਛਲੇ ਸਾਲ ਕਢਾਈ ਸੀਗੀ, ਉਹਦੀ ਸੈਲਫ ਇਹਦੇ ਨਾਲੋਂ ਲੰਬੀ ਆ। ਬਾਕੀ ਮਤਲਬ ਦੇਖੋ ਗੱਲਬਾਤ ਇਹ ਆ ਭਾਈ, ਵੀਡੀਓ ਦਿਖਾ ਦਿੱਤੀ, ਗੱਡੀ ਦਿਖਾ ਦਿੱਤੀ, ਸਾਰਾ ਕੁਝ ਦਿਖਾ ਤਾ। ਹੁਣ ਜੇ ਕਿਸੇ ਨੇ ਇਹਦੇ ਬਾਰੇ ਕੋਈ ਨੌਲੇਜ ਲੈਣੀ, ਕੋਈ ਡਿਟੇਲ ਲੈਣੀ ਆ, ਜਾਂ ਆਪਦੀ ਗੱਡੀ ਦਿਖਾਉਣੀ ਆ, ਕੋਈ ਗੱਡੀ ਲੈਣੀ ਆ, ਜਾਂ ਇਹਨਾਂ ਨੂੰ ਬਣਾਉਣਾ ਹੈ, ਆਈਡੀਆ ਸਕਰੀਨ ਤੇ ਦੇਤੀਆਂ ਦੋਨਾਂ ਭਰਾਵਾਂ ਦੀਆਂ, ਹੈ ਫੋਲੋ ਕਰ ਲਿਓ ਆਪਾਂ ਵੀਰੇ, ਜਿਵੇਂ ਸ਼ੂਟ ਵਗੈਰਾ 'ਚ ਵੀ ਦੇਆ ਕਰਨੀਆਂ ਹੁਣ। ਹਾਂ ਜੇ ਕਿਸੇ ਨੇ ਗਾਣੇ ਗੁਣੇ ਦੇ ਸ਼ੂਟ 'ਚ ਲੈਣੀ ਆ, ਉਹ ਮੰਨੇ ਪਏ ਆ ਪਹਿਲਾਂ ਹੀ ਭਾਈ, ਤੁਸੀਂ ਕਰ ਲਿਓ ਕੰਟੈਕਟ, ਹੈ ਤਾਂ ਬਾਕੀ ਆਸ ਕਰਦੇ ਵੀਡੀਓ ਤੁਹਾਡੇ ਕੰਮ ਆਵੇ, ਸਾਡੇ ਦੋਨਾਂ ਭਰਾਵਾਂ ਦੇ ਕੰਮ ਆਵੇ, ਅਤੇ ਬਾਈ ਤੁਹਾਡਾ ਸਾਰਿਆਂ ਦਾ, ਹਾਂ ਭਾਈ ਤੁਹਾਡਾ ਦੋਨਾਂ ਦਾ ਹੈ। ਸਮਾਂ ਦੇਣ ਲਈ ਧੰਨਵਾਦ ਜੀ। ਧੰਨਵਾਦ ਵੀਰੇ ਤੁਹਾਡਾ, ਬਣ ਗਈ।